Principles of Home Macroeconomics Part 1 BECC Code 133 The topic of the issues and concepts ਮੁੱਦੇ ਅਤੇ ਧਾਰਨਾਵਾਂ ਨੂੰ ਡਿਸਕਸ ਕਰਾਂ। ਵਿਅਕਤੀਗਤ ਅਰਥਸ਼ਾਸਤਰ ਜਿਸ ਨੂੰ ਅਸੀਂ ਮਾਈਕਰੋ ਇਕਨੋਮਿਕਸ ਕਹਿੰਦੇ ਉਹਦੇ ਵਿੱਚ ਜਿਹੜੇ ਆਰਥਿਕ ਏਜੰਟ ਦੇ ਜਿਹੜੇ ਮੁੱਦੇ ਨੇ ਜਿਵੇਂ ਕਿਵੇਂ ਹਾਊਸ ਹੋਲਡਸ ਅਤੇ ਫਰਮ ਜਿਹੜੀਆਂ ਨੇ ਸੰਤੁਲਨ ਦੇ ਹੱਲ ਵਿੱਚ ਹੁੰਦੇ ਆ, ਜਿਹੜੇ ਹਾਊਸ ਹੋਲਡਸ ਨੇ ਕਿਵੇਂ ਜਿਹੜੇ ਕੰਜ਼ਿਊਮਰਸ ਨੇ ਉਹ ਭੋਗੀ ਨੇ ਆਪਣੇ ਬਜਟ ਕੰਸਟ੍ਰੇਂਟ ਦੇ ਵਿੱਚ ਸੀਮਿਤ ਆਮਦਨ ਦੇ ਵਿੱਚ ਵੱਧ ਤੋਂ ਵੱਧ ਤੁਸੀਂ ਉਹਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ, ਅਤੇ ਇੱਕ ਫਰਮ ਜਿਹੜੀ ਹੈ ਕਿਵੇਂ ਵੱਧ ਤੋਂ ਵੱਧ ਤੁਸੀਂ ਉਹਨੂੰ ਪ੍ਰਾਪਤ ਕਰਦੀ ਹੈ, ਵੱਧ ਤੋਂ ਵੱਧ ਲਾਭ ਪ੍ਰਾਪਤ ਕਰਦੀ ਹੈ ਜਾਂ ਉਹ ਘੱਟ ਤੋਂ ਘੱਟ ਲਾਗਤ 'ਤੇ ਵੱਧ ਤੋਂ ਵੱਧ ਉਤਪਾਦਨ ਕਰਦੀ ਹੈ, ਆਪਟੀਮਮ ਪ੍ਰੋਡਕਸ਼ਨ ਕਰਦੀ ਹੈ ਜਦੋਂ ਉਹਦੇ ਕੋਲ ਸਾਧਨ ਸੀਮਿਤ ਹੋਣ, ਤਾਂ ਇਹਨਾਂ ਨੂੰ ਅਸੀਂ ਡਿਸਕਸ ਕਰਦੇ ਹਾਂ। ਇਸ ਮਾਈਕਰੋ ਇਕਨੋਮਿਕਸ ਦੇ ਵਿੱਚ ਅਸੀਂ ਡਾਇਗ੍ਰਾਮਸ ਬਣਾਉਂਦੇ ਤਾਂ ਕਿਵੇਂ ਜਿਹੜੇ ਹਾਊਸ ਹੋਲਡਸ ਨੇ ਆਪਣੀਆਂ ਚੋਇਸਿਸ ਜਿਹੜੀਆਂ ਚੁਣਾਵ ਕਰਦੇ ਨੇ ਆਪਣੀਆਂ ਕਿਹੜੀ ਵਸਤੂ ਨੂੰ ਪਰਚੇਸ ਕਰਨਾ ਕਿਹੜੀ ਨੂੰ ਨਹੀਂ ਕਰਨਾ, ਜਦੋਂ ਕਿ ਬਹੁਤ ਸਾਰੇ ਉਹਨਾਂ ਕੋਲ ਕੰਸਟ੍ਰੇਂਟਸ ਹੁੰਦੇ। ਤਾਂ ਕਈ ਜਿਹੜੇ ਇਸ਼ੂਸ ਨੇ ਅਸੀਂ ਡਾਇਗ੍ਰਾਮਸ ਰਾਹੀਂ, ਕਈ ਅਸੀਂ ਮੈਥਮੈਟੀਕਲ ਮੈਥਡਸ ਰਾਹੀਂ ਅਤੇ ਕਈ ਅਸੀਂ ਅਲਜਬਰਾ ਰਾਹੀਂ, ਕਈ ਦੋਨੋਂ ਹੀ ਅਸੀਂ ਉਹਨਾਂ ਨੂੰ ਦੋਨੋਂ ਹੀ ਤਰੀਕਿਆਂ ਦੇ ਨਾਲ ਜਾਂ ਤਿੰਨੋਂ ਤਰੀਕਿਆਂ ਨਾਲ ਅਸੀਂ ਡਿਸਕਸ ਕਰਦੇ ਹਾਂ। ਅਤੇ ਫਿਰ ਅਸੀਂ ਡਿਸਕਸ ਕਰਦੇ ਹਾਂ ਇਹ ਮਾਈਕਰੋ ਇਕਨੋਮਿਕਸ ਦੇ ਵਿੱਚ ਕਿ ਫਰਮ ਦਾ ਜਿਹੜਾ ਬਿਹੇਵੀਅਰ ਹੈ ਉਸਦਾ ਵਿਸ਼ਲੇਸ਼ਣ ਕਰਦੇ ਹਾਂ ਅਤੇ ਫਰਮ ਜਿਹੜਾ ਆਪਣੇ ਪ੍ਰੋਡਕਸ਼ਨ ਨੂੰ ਕਿਵੇਂ ਆਪਟੀਮਾਈਜ਼ ਕਰਦੀ ਹੈ, ਇਸ ਕੰਮ ਕਰਦੀ ਹੈ ਜਦੋਂ ਕਿ ਇਨਪੁੱਟ ਦੀਆਂ ਪ੍ਰਾਈਸਿਸ ਦਿੱਤੀਆਂ ਹੋਣ ਅਤੇ ਰਿਸੋਰਸਿਸ ਜਿਹੜੇ ਨੇ ਉਹਨਾਂ ਕੋਲ ਦਿੱਤੇ ਹੋਣ। ਤਾਂ ਲੇਕਿਨ ਮੈਕਰੋ ਇਕਨੋਮਿਕਸ ਦੇ ਵਿੱਚ ਜਿਹੜੀ ਮੈਕਰੋ ਇਕਨੋਮਿਕਸ ਕੀ ਹੁੰਦੀ ਹੈ ਜਾਂ ਸਮਸਟੀਗਤ ਅਰਥਸ਼ਾਸਤਰ ਕੀ ਹੁੰਦਾ, ਇਹ ਅਰਥਸ਼ਾਸਤਰ ਦੀ ਉਹ ਸ਼ਾਖਾ ਹੈ, ਉਹ ਬ੍ਰਾਂਚ ਹੈ ਜਿਸ ਦੇ ਵਿੱਚ ਅਸੀਂ ਸਾਰੀ ਅਰਥ ਵਿਵਸਥਾ ਦੇ ਵਿਵਹਾਰ ਦਾ ਅਧਿਐਨ ਕਰਦੇ। ਇਸ ਦੇ ਵਿੱਚ ਅਸੀਂ ਐਗੀਗੇਟ ਵੇਰੀਏਬਲਸ ਮਤਲਬ ਕੁੱਲ ਜਿਹੜੇ ਚਰ ਹੈ ਜਿਵੇਂ ਰਾਸ਼ਟਰੀ ਆਮਦਨ ਹੈ, ਰਾਸ਼ਟਰੀ ਉਪਭੋਗ ਹੈ, ਰਾਸ਼ਟਰੀ ਸੇਵਿੰਗ ਹੈ, ਰਾਸ਼ਟਰੀ ਨਿਵੇਸ਼ ਹੈ, ਨਿਰਯਾਤ ਹੈ, ਆਯਾਤ ਹੈ, ਇਹਨਾਂ ਮੁੱਦਿਆਂ ਨੂੰ ਇਹਨਾਂ ਦੇ ਕੰਸੈਪਟ ਦੇ ਬਾਰੇ ਅਸੀਂ ਡਿਸਕਸ ਕਰਦੇ। ਤਾਂ ਇਹ ਜਿਹੜਾ ਮੈਕਰੋ ਇਕਨੋਮਿਕਸ ਦਾ ਜਿਹੜਾ ਕੰਸੈਪਟ ਹੈ ਵੀਹਵੀਂ ਸ਼ਤਾਬਦੀ ਦੇ ਸ਼ੁਰੂ ਦੇ ਵਿੱਚ ਕਰੁਗਮੈਨ ਅਤੇ ਵੈਲਸ ਦੇ ਅਨੁਸਾਰ ਰੈਗਨਲ ਫਿਸ਼ ਦੇ 1933 ਦੇ ਵਿੱਚ ਇਹ ਜਿਹੜੀ ਟਰਮ ਹੈ ਇਹ ਕੋਇਨ ਕੀਤੀ ਸੀ। ਤਾਂ ਜਿਹੜੀ ਇਹਦੀ ਸਿਧਾਂਤਿਕ ਤੌਰ 'ਤੇ ਜਿਹੜਾ ਇਸ ਮੈਕਰੋ ਇਕਨੋਮਿਕਸ ਦਾ ਵਿਕਾਸ ਹੈ ਉਹ 1936 ਦੇ ਵਿੱਚ 1936 ਦੇ ਵਿੱਚ ਕੇਨਸ ਦੁਆਰਾ ਜੇ.ਐਮ. ਕੇਨਸ ਦੁਆਰਾ ਇੱਕ ਕਿਤਾਬ ਹੈ ਜਨਰਲ ਥਿਊਰੀ ਆਫ ਇੰਪਲਾਇਮੈਂਟ ਐਂਡ ਜਨਰਲ ਥਿਊਰੀ ਆਫ ਇੰਟਰਸਟ ਇੰਪਲਾਇਮੈਂਟ ਐਂਡ ਮਨੀ, ਉਸ ਕਿਤਾਬ ਦੇ ਵਿੱਚ ਜਦੋਂ ਆਈ ਪ੍ਰਕਾਸ਼ਿਤ ਹੋਈ 1936 ਦੇ ਵਿੱਚ
ਤਾਂ ਇਸਦਾ ਮੈਕਰੋ ਇਕਨੋਮਿਕਸ ਦਾ ਵਿਕਾਸ ਆਪੇ। ਤਾਂ ਮੈਕਰੋ ਇਕਨੋਮਿਕਸ ਦਾ ਜਿਸ ਤਰ੍ਹਾਂ ਮੈਂ ਦੱਸਿਆ ਕਿ ਅਸੀਂ ਅਰਥਵਿਵਸਥਾ ਦੇ ਸਮੁੱਚੇ ਵਿਵਹਾਰ ਦਾ ਅਸੀਂ ਅਧਿਐਨ ਕਰਦੇ ਹਾਂ, ਤਾਂ ਫਿਰ ਇਸ ਮੈਕਰੋ ਇਕਨੋਮਿਕਸ ਦੀ ਜਿਹੜੀ ਅਲੱਗ ਸ਼ਾਖਾ ਅਰਥਸ਼ਾਸਤਰ ਦੇ ਵਿੱਚ ਬਣਾਉਣ ਦੀ ਜ਼ਰੂਰਤ ਕਿਉਂ ਹੋਈ? ਇਸ ਲਈ ਜ਼ਰੂਰਤ ਹੋਈ ਕਿਉਂਕਿ ਜਿਹੜਾ ਮਾਈਕਰੋ ਇਕਨੋਮਿਕਸ ਅਤੇ ਮੈਕਰੋ ਇਕਨੋਮਿਕਸ ਬੇਸ਼ੱਕ ਇੰਟਰਰਿਲੇਟਿਡ ਨੇ, ਆਪਸ 'ਚ ਇੱਕ ਦੂਜੇ ਨਾਲ ਜੁੜੇ ਹੋਏ ਨੇ, ਪਰੰਤੂ ਫਿਰ ਵੀ ਇਹਨਾਂ ਦੇ ਜਿਹੜੇ ਇਸ਼ੂਸ ਨੇ, ਇਹਨਾਂ ਦੇ ਜਿਹੜੇ ਕਨਸੈਪਟਸ ਨੇ, ਇੱਕ ਦੂਜੇ ਤੋਂ ਅਲੱਗ ਨੇ। ਜਿਸ ਤਰ੍ਹਾਂ ਫਰਮ ਦੇ ਵਿੱਚ ਅਸੀਂ ਇੱਕ ਫਰਮ ਦੇ ਉਤਪਾਦਨ ਦੀ ਗੱਲ ਕਰਦੇ ਹਾਂ, ਇੱਕ ਕੰਜ਼ਿਊਮਰ ਦੇ ਉਪਭੋਗ ਦੀ ਗੱਲ ਕਰਦੇ ਹਾਂ, ਇੱਕ ਕੰਜ਼ਿਊਮਰ ਦੀ ਡਿਮਾਂਡ ਦੀ ਗੱਲ ਕਰਦੇ ਹਾਂ, ਲੇਕਿਨ ਅਰਥਸ਼ਾਸਤਰ ਮੈਕਰੋ ਇਕਨੋਮਿਕਸ ਦੇ ਵਿੱਚ ਅਸੀਂ ਇੱਕ ਵਿਅਕਤੀ ਦੀ ਡਿਮਾਂਡ ਨਹੀਂ ਕਰਦੇ, ਵਿਅਕਤੀ ਦੀ ਡਿਮਾਂਡ ਦਾ ਧਿਆਨ ਨਹੀਂ ਕਰਦੇ, ਅਸੀਂ ਸਮੁੱਚੇ ਅਰਥਵਿਵਸਥਾ ਦੀ ਮੰਗ ਦੀ ਗੱਲ ਕਰਦੇ, ਕੁੱਲ ਮੰਗ ਦੀ ਗੱਲ ਕਰਦੇ। ਅਸੀਂ ਇੱਕ ਫਰਮ ਦੀ ਦਾ ਦੇ ਉਤਪਾਦਨ ਫਰਮ ਦੁਆਰਾ ਉਤਪਾਦਨ ਕੀਤੇ ਦਾ ਧਿਆਨ ਨਹੀਂ ਕਰਦੇ, ਅਸੀਂ ਕੁੱਲ ਉਤਪਾਦਨ ਕੁੱਲ ਪੂਰਤੀ ਦੀ ਅਸੀਂ ਗੱਲ ਕਰਦੇ, ਅਸੀਂ ਇੱਕ ਵਸਤੂ ਦੀ ਕੀਮਤ ਦੀ ਗੱਲ ਨਹੀਂ ਕਰਦੇ, ਅਸੀਂ ਜਨਰਲ ਪ੍ਰਾਈਸ ਲੈਵਲ ਦੀ ਗੱਲ ਕਰਦੇ। ਫਿਰ ਇਸਦੇ ਵਿੱਚ ਜਿਹੜੇ ਮੁੱਦੇ ਨੇ ਉਹ ਅਲੱਗ ਹੁੰਦੇ। ਜਿਸ ਤਰ੍ਹਾਂ ਅਸੀਂ ਮਾਈਕਰੋ ਇਕਨੋਮਿਕਸ ਦੱਸਿਆ ਕਿ ਇੱਕ ਉਪਭੋਗੀ ਕਿਵੇਂ ਵੱਧ ਤੋਂ ਵੱਧ ਸੰਤੁਸ਼ਟੀ ਪ੍ਰਾਪਤ ਕਰਨਾ ਚਾਹੁੰਦਾ, ਸੰਤੁਲਨ ਦੀ ਹਾਲਤ ਦੇ ਵਿੱਚ ਇੱਕ ਫਰਮ ਕਿਵੇਂ ਵੱਧ ਤੋਂ ਵੱਧ ਉਤਪਾਦਨ ਕਰਦੀ ਹੈ ਜਦੋਂ ਉਹਦੇ ਕੋਲ ਸਾਧਨ ਸੀਮਿਤ ਹੋਣ, ਜਾਂ ਫਰਮ ਗਿਵਨ ਸਰਕਮਸਟਾਂਸਿਸ ਦੇ ਵਿੱਚ ਵਰਤਮਾਨ ਹਾਲਾਤ ਦੇ ਵਿੱਚ ਕਿਵੇਂ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨਾ ਚਾਹੁੰਦੀ ਹੈ ਜਾਂ ਕਰ ਸਕਦੀ ਹੈ, ਉਸਦਾ ਅਧਿਐਨ ਕਰਦੇ। ਲੇਕਿਨ ਇਸਦੇ ਵਿੱਚ ਜਿਹੜਾ ਅਸੀਂ ਕਨਸੈਪਟਸ ਦੇ ਇਸ਼ੂਸ ਦੇ ਡਿਸਕਸ ਕਰਦੇ ਹਾਂ ਮੈਕਰੋ ਇਕਨੋਮਿਕਸ ਦੇ ਵਿੱਚ, ਅਸੀਂ ਬੇਰੁਜ਼ਗਾਰੀ ਦੀ ਗੱਲ ਕਰਦੇ ਹਾਂ, ਅਸੀਂ ਮੁਦਰਾ ਸਫੀਦੀ ਦੀ ਗੱਲ ਕਰਦੇ ਹਾਂ, ਅਸੀਂ ਰਾਸ਼ਟਰੀ ਉਤਪਾਦਨ ਦੀ ਗੱਲ ਕਰਦੇ ਹਾਂ, ਰਾਸ਼ਟਰੀ ਆਮਦਨ ਦੀ ਗੱਲ ਕਰਦੇ ਹਾਂ, ਅਸੀਂ ਗਰੀਬੀ ਦੀ ਗੱਲ ਕਰਦੇ ਹਾਂ, ਅਸੀਂ ਇਨਕੁਆਲਿਟੀ ਦੀ ਅਸਮਾਨਤਾ ਦੀ ਗੱਲ ਕਰਦੇ ਹਾਂ, ਅਸੀਂ ਇਕਨੋਮਿਕ ਗਰੋਥ ਦੀ ਗੱਲ ਕਰਦੇ ਹਾਂ, ਆਰਥਿਕ ਵਿਕਾਸ ਦੀ ਆਰਥਿਕ ਵਾਧੇ ਦੀ ਗੱਲ ਕਰਦੇ ਹਾਂ, ਤਾਂ ਅਸੀਂ ਇੰਟਰਨੈਸ਼ਨਲ ਟ੍ਰੇਡ ਦੀ ਗੱਲ ਕਰਦੇ ਹਾਂ, ਅੰਤਰਰਾਸ਼ਟਰੀ ਵਪਾਰ ਦੀ ਗੱਲ ਕਰਦੇ ਹਾਂ, ਇੱਕ ਦੇਸ਼ ਦੂਸਰੇ ਦੇਸ਼ ਨਾਲ ਕਿਵੇਂ ਵਪਾਰ ਦੇ ਵਿੱਚ ਵਾਧਾ ਕਰ ਸਕਦਾ ਹੈ, ਐਕਸਪੋਰਟ ਕਿਵੇਂ ਵਧਾ ਸਕਦੇ ਹਾਂ, ਇੰਪੋਰਟ ਕਿਵੇਂ ਘਟਾ ਸਕਦੇ ਹਾਂ, ਬੈਲੈਂਸ ਆਫ ਪੇਮੈਂਟ ਦੀ ਗੱਲ ਕਰਦੇ ਹਾਂ, ਇਹ ਜਿਹੜਾ ਭੁਗਤਾਨ ਬਾਕੀ ਹੈ ਐਕਸਪੋਰਟ ਅਤੇ ਇੰਪੋਰਟ ਦੇ ਵਿੱਚ ਜਿਹੜੇ ਡਿਫਰੈਂਸਿਸ ਨੇ ਉਹਨਾਂ ਨੂੰ ਐਕਸਪੋਰਟ ਕਿਵੇਂ ਵਧਾ ਕੇ ਇੰਪੋਰਟ ਨੂੰ ਕਿਵੇਂ ਘਟਾ ਕੇ ਅਸੀਂ ਸੰਤੁਲਨ ਜਿਹੜਾ ਜਿਵੇਂ ਸੇ ਭੁਗਤਾਨ ਬਾਕੀ ਹੈ ਉਹਨੂੰ ਕਿਵੇਂ ਜਿਹੜਾ ਅਸੀਂ ਠੀਕ ਕੀਤਾ ਜਾ ਸਕਦਾ। ਫਿਰ ਅਸੀਂ ਇਸ ਦੀ ਗੱਲ ਕਰਦੇ ਹਾਂ ਕਿ ਜੇ ਸ਼ੋਰਟੇਜ ਆਫ ਲੇਬਰ ਹੋ ਜਾਵੇ ਅਤੇ ਵੇਜਿਸ ਦੇ ਰੇਟ ਜਿਹੜੇ ਵੱਧ ਜਾਂਦੇ ਨੇ ਤਾਂ ਕੰਟਰੀ ਦੇ ਵਿੱਚ ਜਿਹੜੇ ਨੇ ਆਮ ਤੌਰ 'ਤੇ ਜਿਹੜੀ ਲੇਬਰ ਦੀ ਜਿਹੜੀ ਸਪਲਾਈ ਹੈ ਉਹ ਇੱਕ ਕੰਟਰੀ ਤੋਂ ਇੱਕ ਪਾਰਟ ਤੋਂ ਦੂਸਰੇ ਪਾਰਟ 'ਚ ਮੂਵ ਨਹੀਂ ਕਰਦੀ, ਤਾਂ ਵੇਜਿਸ ਕਿਵੇਂ ਵੱਧਦੇ ਨੇ, ਵੇਜਿਸ ਕਿਵੇਂ ਘੱਟਦੇ ਨੇ, ਜਨਰਲ ਪ੍ਰਾਈਸ ਲੈਵਲ ਦੇ ਵਿੱਚ ਕੀ ਚੇਂਜਿਸ ਆਉਂਦਾ। ਉਦਾਹਰਣ ਦੇ ਤੌਰ 'ਤੇ ਜਿਸ ਤਰ੍ਹਾਂ ਇਹ ਕਿਹਾ ਜਾਂਦਾ ਹੈ ਕਿ ਜੇ ਇੱਕ ਵਿਅਕਤੀ ਸੇਵਿੰਗ ਕਰਦਾ ਹੈ, ਬਚਤ ਕਰਦਾ ਹੈ, ਤਾਂ ਉਹਦੇ ਲਈ ਇੱਕ ਵਰਚੂ ਹੈ, ਉਹਦੇ ਲਈ ਇੱਕ ਵਰਦਾਨ ਦਾ ਕੰਮ ਕਰਦਾ। ਲੇਕਿਨ ਜੇ ਅਰਥਵਿਵਸਥਾ ਸੇਵਿੰਗ ਕਰੇ ਤਾਂ ਉਹ ਇੱਕ ਅਭਿਸ਼ਾਪ ਦਾ ਕੰਮ ਕਰਦੀ। ਅਭਿਸ਼ਾਪ ਇਨ ਦੀ ਸੈਂਸ ਕਿ ਉਹ
ਉਹਦੇ ਲਈ ਇੱਕ ਮਾੜੀ ਗੱਲ। ਤਾਂ ਜਿਸ ਤਰ੍ਹਾਂ ਜੇ ਇੱਕ ਵਿਅਕਤੀ ਜਦੋਂ ਇੰਟਰਸਟ ਜ਼ਿਆਦਾ ਹੁੰਦਾ ਉਹ ਸੇਵਿੰਗ ਜ਼ਿਆਦਾ ਕਰਦਾ, ਅਤੇ ਉਹ ਜੇ ਸੇਵਿੰਗ ਕਰਦਾ ਉਦੋਂ ਇੰਟਰਸਟ ਮਿਲਦਾ, ਇੰਟਰਸਟ ਜ਼ਿਆਦਾ ਮਿਲਦਾ ਤਾਂ ਉਹਦੀ ਫਿਊਚਰ ਜਿਹੜੀ ਇਨਕਮ ਹੈ ਉਹ ਵੱਧਦੀ। ਲੇਕਿਨ ਜਦੋਂ ਇਸ ਤਰ੍ਹਾਂ ਹੀ ਸਾਰੇ ਪਰਸਨਸ ਜਿਹੜੇ ਜਦੋਂ ਸੇਵਿੰਗ ਜ਼ਿਆਦਾ ਕਰੇਗਾ, ਇਨਕਮ ਦੀ ਜਿਹੜੀ ਸੀਮਿਤ ਆਮਦਨ ਹੈ ਉਹਦੀ ਸੇਵਿੰਗ ਜ਼ਿਆਦਾ ਕਰੇਗਾ, ਅਤੇ ਕੰਜਮਪਸ਼ਨ ਘੱਟ ਕਰੇਗਾ, ਉਪਭੋਗ ਘੱਟ ਕਰੇਗਾ। ਜਦੋਂ ਉਪਭੋਗ ਘੱਟ ਕਰੇਗਾ ਤਾਂ ਵਸਤੂਆਂ ਅਤੇ ਸੇਵਾਵਾਂ ਦੀ ਜਿਹੜੀ ਮੰਗ ਹੈ ਘੱਟ, ਜਦੋਂ ਮੰਗ ਘੱਟਦੇਗੀ ਤਾਂ ਜੇ ਉਹ ਆਪਣੀ ਵਸਤੂਆਂ ਦੀ ਮੰਗ ਘੱਟ ਕਰਦਾ, ਜੇ ਅਸੀਂ ਇਸਨੂੰ ਇਸ ਤਰ੍ਹਾਂ ਲੈ ਲਈਏ ਜਦੋਂ ਉਹ ਮੰਗ ਘੱਟ ਕਰੇਗਾ ਤਾਂ ਜਿਹੜਾ ਉਤਪਾਦਕ ਹੈ ਮਤਲਬ ਨੈਸ਼ਨਲ ਲੈਵਲ 'ਤੇ ਤਾਂ ਵਸਤੂਆਂ ਦਾ ਉਤਪਾਦਨ ਘੱਟ ਕਰੇਗਾ। ਉਤਪਾਦਨ ਘੱਟ ਕਰਨ ਦੇ ਲਈ ਜਿਹੜਾ ਦੇਸ਼ ਦੇ ਵਿੱਚ ਜਿਹੜਾ ਨਿਵੇਸ਼ ਹੈ ਉਹ ਘੱਟ ਹੋਏਗਾ। ਜੇ ਨਿਵੇਸ਼ ਘੱਟ ਹੋਏਗਾ ਤਾਂ ਦੇਸ਼ ਦੇ ਵਿੱਚ ਜਿਹੜੀ ਗਰੋਥ ਹੈ ਉਹ ਕੀ ਹੈ, ਘੱਟ। ਜੇ ਗਰੋਥ ਘੱਟਦੇਗੀ ਤਾਂ ਘੱਟ ਉਤਪਾਦਨ ਕਰਨ ਦੇ ਲਈ ਤਾਂ ਇੰਪਲਾਇਮੈਂਟ ਵੀ ਲੋਕਾਂ ਦੀ ਘੱਟ ਹੋਏਗੀ, ਇਨਕਮ ਵੀ ਜਿਹੜੀ ਹੈ ਉਹ ਘੱਟ। ਤਾਂ ਇਸ ਜੇ ਇੰਡੀਵਿਜੁਅਲ ਲੈਵਲ 'ਤੇ ਸੇਵਿੰਗ ਹੁੰਦੀ ਹੈ, ਵਿਅਕਤੀਗਤ ਲੈਵਲ 'ਤੇ ਸੇਵਿੰਗ ਹੁੰਦੀ ਹੈ, ਉਹ ਇੱਕ ਵਰਦਾਨ ਦਾ ਕੰਮ ਕਰ ਰਿਹਾ। ਲੇਕਿਨ ਜੇ ਨੈਸ਼ਨਲ ਲੈਵਲ 'ਤੇ ਸੇਵਿੰਗਸ ਹੁੰਦੀ ਹੈ ਤਾਂ ਉਹ ਇੱਕ ਅਵਿਸ਼ਵਾਸ ਦਾ ਕੰਮ ਕਰਦਾ ਹੈ, ਕਿਉਂਕਿ ਉਸਦੇ ਨਾਲ ਜਿਹੜੀ ਪ੍ਰੋਡਕਸ਼ਨ ਘੱਟ ਜਾਏਗੀ, ਇੰਪਲਾਇਮੈਂਟ ਘੱਟ ਜਾਏਗੀ, ਦੇਸ਼ ਦੇ ਵਿੱਚ ਗਰੀਬੀ ਜ਼ਿਆਦਾ ਆਏਗੀ। ਜੇ ਇੰਪਲਾਇਮੈਂਟ ਘੱਟ ਜਾਏਗੀ ਲੋਕਾਂ ਦੀ ਇਨਕਮ ਘੱਟ ਜਾਏਗੀ, ਇਨਕਮ ਘੱਟ ਜਾਣ ਨਾਲ ਪਾਵਰਟੀ ਜਿਹੜੀ ਹੈ ਜ਼ਿਆਦਾ ਹੋਵੇਗੀ, ਅਤੇ ਜਦੋਂ ਵਿਕਾਸ ਘੱਟ ਜਾਏਗਾ ਤਾਂ ਕੰਟਰੀ ਜਿਹੜੀ ਹੈ ਪਿੱਛੇ ਵੱਲ ਚਲੇਗੀ। ਇਸ ਮਾਈਕਰੋ ਅਤੇ ਮੈਕਰੋ ਇਕਨੋਮਿਕਸ ਦੇ ਜੇ ਅਸੀਂ ਡਿਫੈਂਸ ਦੀ ਗੱਲ ਕਰਨਾ ਹੋਵੇ ਤਾਂ ਇਸ ਤਰ੍ਹਾਂ ਟ੍ਰੀਜ਼ ਐਂਡ ਫੋਰੈਸਟ ਜਿਹੜੇ ਬ੍ਰਿਸ਼ ਨੇ ਅਤੇ ਜਿਹੜੇ ਜੰਗਲ ਨੇ ਉਹਨਾਂ ਦੇ ਵਿੱਚ ਕਰ ਸਕਦੇ। ਜਿਸ ਤਰ੍ਹਾਂ ਫੋਰੈਸਟ ਦੇ ਵਿੱਚ ਜੰਗਲ ਦੇ ਵਿੱਚ ਬਹੁਤ ਸਾਰੇ ਵਰਾਇਟੀਜ਼ ਆਫ ਟ੍ਰੀਜ਼ ਹੁੰਦੇ, ਅਤੇ ਹਰੇਕ ਟ੍ਰੀ ਜਿਹੜਾ ਹੈ ਇੱਕ ਦੂਸਰੇ ਤੋਂ ਕੀ ਹੁੰਦਾ, ਡਿਫਰੈਂਟ। ਤਾਂ ਮਾਈਕਰੋ ਇਕਨੋਮਿਕਸ ਇੱਕ ਟ੍ਰੀਜ਼ ਦੀ ਤਰ੍ਹਾਂ ਹੈ, ਜਿਸ ਤਰ੍ਹਾਂ ਜੰਗਲ ਦੇ ਵਿੱਚ ਇੱਕ ਟ੍ਰੀ ਹੈ, ਉਹਨਾਂ ਦੀ ਜਿਹੜੀ ਸਪੀਸੀਸ ਨੇ, ਉਹਨਾਂ ਦੀ ਜਿਹੜੀ ਡਾਇਮੈਂਸ਼ਨਸ ਨੇ, ਉਹਨਾਂ ਦਾ ਗਰੋਥ ਹੈ, ਉਹਦੀ ਏਜ ਹੈ, ਹਰੇਕ ਬ੍ਰਿਕਸ਼ ਦੀ, ਹਰੇਕ ਟ੍ਰੀ ਦੀ ਉਹ ਅਲੱਗ ਅਲੱਗ। ਲੇਕਿਨ ਮੈਕਰੋ ਇਕਨੋਮਿਕਸ ਜਸਟ ਲਾਈਕ ਜੇ ਅਸੀਂ ਫੋਰੈਸਟ ਨੂੰ ਸਟੱਡੀ ਕਰੀਏ, ਉਸਦਾ ਫੋਰੈਸਟ ਦਾ ਏਰੀਆ ਕਿੰਨਾ, ਖੇਤਰਫਲ ਕਿੰਨਾ, ਉਹਦੀ ਡੈਂਸਿਟੀ ਕੀ ਹੈ, ਉਹਦਾ ਘਣਤਾ ਕੀ ਹੈ, ਉਹਦੀ ਕੰਪੋਜੀਸ਼ਨ ਕੀ ਹੈ, ਓਵਰਆਲ ਉਸਦਾ ਇਕਨੋਮਿਕ ਸਿਸਟਮ ਕੀ ਹੈ। ਤਾਂ ਲੇਕਿਨ ਅਸੀਂ ਟ੍ਰੀਜ਼ ਦੇ ਲਈ ਜਿਹੜਾ ਫੋਰੈਸਟ ਨੂੰ ਇਗਨੋਰ ਨਹੀਂ ਕਰ ਸਕਦੇ। ਤਾਂ ਮੈਕਰੋ ਇਕਨੋਮਿਕਸ ਜਿਹੜਾ ਕੰਸੈਪਟ ਹੈ ਉਹ ਵੀ ਇੰਪੋਰਟੈਂਟ ਹੈ, ਜਿਸ ਤਰ੍ਹਾਂ ਕਿ ਮਾਈਕਰੋ ਇਕਨੋਮਿਕਸ। ਤਾਂ ਮਾਈਕਰੋ ਇਕਨੋਮਿਕਸ ਜਿਹੜਾ ਜਦੋਂ ਅਸੀਂ ਸਟੱਡੀ ਕਰਦੇ ਹਾਂ ਇਹ ਯੂਜ਼ਫੁੱਲ ਹੈ ਬਿਹੇਵੀਅਰ ਦੇ, ਫਰਮ ਦੇ ਅਤੇ ਹਾਊਸ ਹੋਲਡ ਦੇ ਬਿਹੇਵੀਅਰ ਨੂੰ ਜਦੋਂ ਅਸੀਂ ਅਨਾਲਿਸਿਸ ਕਰਦੇ ਹਾਂ। ਤਾਂ ਜਿਹੜਾ ਮੈਕਰੋ ਇਕਨੋਮਿਕਸ ਹੈ ਜਦੋਂ ਅਸੀਂ ਨੈਸ਼ਨਲ ਲੈਵਲ 'ਤੇ ਕਿਸੇ ਨੀਤੀ ਦਾ ਨਿਰਮਾਣ ਕਰਦੇ ਹਾਂ, ਪੋਲਸੀ ਦੀ ਫਾਰਮੂਲੇਸ਼ਨ ਕਰਦੇ ਹਾਂ, ਜਾਂ ਪੋਲਸੀ ਦਾ ਕਿਸੇ ਨੀਤੀ ਦਾ ਮੁਲਾਂਕਣ ਕਰਦੇ ਹਾਂ, ਜਿਸ ਤਰ੍ਹਾਂ ਕਈ ਇਸ਼ੂਸ, ਕਈ ਮੁੱਦੇ ਜਿਵੇਂ ਆਰਥਿਕ ਵਿਕਾਸ ਹੈ, ਇਨਫਲੇਸ਼ਨ ਹੈ, ਮੁਦਰਾ ਸਥਿਤੀ ਹੈ, ਇੰਪਲਾਇਮੈਂਟ ਹੈ, ਰਾਸ਼ਟਰੀ ਕਰਜ਼ੇ ਦੀ ਗੱਲ ਕਰਦੇ, ਨੈਸ਼ਨਲ ਡੈਟ ਦੀ ਗੱਲ ਕਰਦੇ, ਬੈਲੈਂਸ ਆਫ ਪੇਮੈਂਟ ਦੀ ਗੱਲ ਕਰਦੇ, ਤਾਂ ਬਿਜ਼ਨਸ ਸਾਈਕਲ ਦੀ ਗੱਲ ਕਰਦੇ, ਇਹ ਜਿਹੜੇ ਮੁੱਦੇ ਨੇ ਅਰਥ ਵਿਵਸਥਾ ਦੇ ਪੁਆਇੰਟ ਆਫ ਵਿਊ ਦੇ ਨਾਲ ਬਹੁਤ ਜ਼ਿਆਦਾ ਮਹੱਤਵਪੂਰਨ ਹੈ।
ਇੰਪੋਰਟੈਂਟ। ਤਾਂ ਹੁਣ ਇਸ ਮੈਕਲ ਸਲੋਮਿਕਸ ਦੇ ਵਿੱਚ ਅਸੀਂ ਕੁਛ ਕਨਸੈਪਟਸ ਨੇ, ਕੁਛ ਧਾਰਨਾਵਾਂ ਨੇ ਜਿਹਨਾਂ ਨੂੰ ਦਾ ਪਤਾ ਹੋਣਾ ਸਾਨੂੰ ਜ਼ਰੂਰੀ ਹੈ। ਜਿਸ ਤਰ੍ਹਾਂ ਸਭ ਤੋਂ ਪਹਿਲਾਂ ਜਿਹੜਾ ਕਨਸੈਪਟ ਹੈ, ਦੈਟ ਇਜ਼ ਦਾ ਸਟੋਕਸ ਐਂਡ ਫਲੋਸ। ਸਟੋਕ ਕੀ ਹੈ? ਇੱਕ ਵਸਤੂ ਦਾ ਭੰਡਾਰ ਹੋ ਗਿਆ। ਫਲੋ ਕੀ ਹੋ ਗਿਆ? ਇੱਕ ਪ੍ਰਵਾਹ ਹੋ ਗਿਆ। ਤਾਂ ਜਿਹੜਾ ਸਟੋਕ ਹੈ, ਇਸਨੂੰ ਇੱਕ ਨਿਸ਼ਚਿਤ ਸਮੇਂ ਦੇ ਉੱਤੇ ਵਸਤੂਆਂ ਦਾ ਭੰਡਾਰ ਜਿੰਨਾ ਹੁੰਦਾ ਉਸਦੇ ਮਾਪ ਨੂੰ ਅਸੀਂ ਕੀ ਕਹਿੰਦੇ ਹਾਂ? ਸਟੋਕ। ਅਤੇ ਇੱਕ ਨਿਸ਼ਚਿਤ ਸਮੇਂ 'ਤੇ ਸਾਡੇ ਕੋਲ ਪੂੰਜੀ ਇੰਨੀ ਹੈ, ਇੱਕ ਨਿਸ਼ਚਿਤ ਸਮੇਂ 'ਤੇ ਸਾਡੇ ਕੋਲ ਗਲਾਸ ਦੇ ਵਿੱਚ ਪਾਣੀ ਇੰਨਾ, ਠੀਕ ਹੈ? ਤਾਂ ਦੈਟ ਇਜ਼ ਦਾ ਸਟੋਕ। ਉਦਾਹਰਣ ਦੇ ਤੌਰ 'ਤੇ ਅਸੀਂ ਕਹਿ ਦਿੰਦੇ ਹਾਂ ਕਿ ਇੱਕ ਨਿਸ਼ਚਿਤ ਸਮੇਂ 'ਤੇ ਮਸ਼ੀਨਾਂ ਦਾ, ਇਕਿਪਮੈਂਟਸ ਦਾ, ਬਿਲਡਿੰਗਸ ਦਾ ਭੰਡਾਰ ਕਿੰਨਾ, ਸਟੋਕ ਕਿੰਨਾ, ਕਿੰਨੀਆਂ ਸਾਡੇ ਕੋਲ ਪੂੰਜੀ ਦਾ ਭੰਡਾਰ ਹੈ ਮਸ਼ੀਨਾਂ ਦੇ ਰੂਪ ਵਿੱਚ, ਬਿਲਡਿੰਗਸ ਦੇ ਰੂਪ ਵਿੱਚ। ਤਾਂ ਇਹ ਇੱਕ ਨੈਸ਼ਨਲ ਵੈਲਥ ਦਾ ਇੱਕ ਪਾਰਟ ਹੈ, ਰਾਸ਼ਟਰੀ ਧਨ ਤੋਲੋ ਦਾ ਪਾਰਟ ਹੈ, ਜਿਸ ਨੂੰ ਅਸੀਂ ਰੀਪ੍ਰੋਡਿਊਸ ਕਰ ਸਕਦੇ ਹਾਂ। ਇਹ ਮੈਨ ਮੇਡ, ਇਹਦੇ ਵਿੱਚ ਉਹ ਸਾਰੇ ਸਾਧਨ ਜਿਹੜੇ ਨੇ ਸ਼ਾਮਿਲ ਹੁੰਦੇ ਨੇ ਜਿਹਨਾਂ, ਜਿਹੜੇ ਕਿ ਪ੍ਰੋਡਕਸ਼ਨ ਗੁੱਡਸ ਐਂਡ ਸਰਵਿਸਿਸ ਦੀ ਪ੍ਰੋਡਕਸ਼ਨ ਦੇ ਵਿੱਚ ਕੀ ਕਰਦੇ ਨੇ, ਹੈਲਪ ਕਰਦੇ। ਤਾਂ ਇੱਕ ਨਿਸ਼ਚਿਤ ਡੇਟ 'ਤੇ ਜਦੋਂ ਅਸੀਂ ਕਿਸੇ ਪੂੰਜੀ ਦਾ ਮੇਲ ਕਰਦੇ ਹਾਂ, ਦੈਟ ਇਜ਼ ਸਟੋਕ। ਮਨੀ ਸਟੋਕ ਦੇ ਵਿੱਚ ਅਸੀਂ ਮਨੀ ਸਪਲਾਈ, ਮੁਦਰਾ ਦੀ ਪੂਰਤੀ, ਲੇਬਰ ਫੋਰਸ, ਅਸੀਂ ਐਕਸਟਰਨਲ ਡੈਟ, ਵਿਦੇਸ਼ੀ ਕਰਜ਼ਾ ਕਿੰਨਾ। ਤਾਂ ਇਹ ਜਿਹੇ ਕੁਛ ਐਗਜ਼ਾਮਪਲ ਜਿਹੜੇ ਨੇ ਉਦਾਹਰਣ ਨੇ ਸਟੋਕ। ਜਿੱਥੇ ਤੱਕ ਫਲੋ ਦਾ ਸੰਬੰਧ ਹੈ, ਪ੍ਰਵਾਹ ਦਾ ਸੰਬੰਧ ਹੈ, ਇਸਨੂੰ ਇੱਕ ਸਮੇਂ ਦੇ ਅੰਤਰ 'ਤੇ, ਮਤਲਬ ਕਿ ਇੰਟਰਵਲ ਆਫ ਟਾਈਮ 'ਤੇ ਅਸੀਂ ਮੇਜ਼ਰ ਕਰਦੇ। ਇਹ ਇੱਕ ਰੇਟ ਹੈ, ਇੱਕ ਦਰ ਹੈ। ਤਾਂ ਜਿਸ ਤਰ੍ਹਾਂ ਇੱਕ ਫਰਮ ਦਾ ਜਿਹੜਾ ਉਤਪਾਦਨ ਹੈ, ਉਸਨੂੰ ਅਸੀਂ ਪ੍ਰਤੀ ਦਿਨ ਜਾਂ ਪ੍ਰਤੀ ਮਹੀਨੇ ਦੇ ਆਧਾਰ 'ਤੇ ਅਸੀਂ ਮੇਜ਼ਰ ਕਰਦੇ। ਤਾਂ ਜਿਹੜੀ ਜਿਸ ਤਰ੍ਹਾਂ ਜੀ ਡੀ ਪੀ ਹੈ, ਗਰੋਸ ਡੋਮੈਸਟਿਕ ਪ੍ਰੋਡਕਟ ਹੈ, ਜਾਂ ਨੈਸ਼ਨਲ ਇਨਕਮ ਹੈ, ਇਸਨੂੰ ਇੱਕ ਸਾਲ ਦੇ ਵਿੱਚ ਕਿੰਨਾ ਸਾਡੇ ਕੋਲ ਰਾਸ਼ਟਰੀ ਉਤਪਾਦਨ ਹੋਇਆ, ਰਾਸ਼ਟਰੀ ਆਮਦਨ ਹੋਇਆ, ਜੀ ਡੀ ਪੀ ਹੋਈ ਹੈ, ਜੀ ਐਨ ਪੀ ਹੋਈ। ਤਾਂ ਇਹ ਇੱਕ ਫਲੋ ਦਾ ਕੰਸੈਪਟ। ਇਸ ਫਲੋ ਦੇ ਵਿੱਚ ਅਸੀਂ ਉਦਾਹਰਣ ਤੌਰ 'ਤੇ ਇਨਕਮ ਹੈ, ਨੈਸ਼ਨਲ ਇਨਕਮ ਹੈ, ਨੈਸ਼ਨਲ ਐਕਸਪੈਂਡੀਚਰ, ਨੈਸ਼ਨਲ ਸੇਵਿੰਗਸ ਹੈ, ਨੈਸ਼ਨਲ ਇਨਵੈਸਟਮੈਂਟ ਹੈ, ਨੈਸ਼ਨਲ ਕੰਜਮਸ਼ਨ ਹੈ, ਨੈਸ਼ਨਲ ਪ੍ਰੋਫਿਟ ਹੈ, ਬੋਰਿੰਗਸ ਹੈ। ਇਹ ਐਗਜ਼ਾਮਪਲਸ ਨੇ ਸਾਡੇ ਕੋਲ ਫਲੋਰ ਨੂੰ। ਤਾਂ ਜਿਹੜੀਆਂ ਸਟੋਕ ਨੇ, ਓਵਰ ਟਾਈਮ ਜਿਹੜਾ ਹੈ ਅਕਿਊਮੂਲੇਟ ਹੁੰਦਾ। ਤਾਂ ਸਟੋਕ ਜਿਹੜਾ ਓਵਰ ਟਾਈਮ ਅਕਿਊਮੂਲੇਟ ਹੁੰਦਾ, ਤਾਂ ਜਿਹੜਾ ਸਟੋਕ ਦੇ ਵਿੱਚ ਜਿਹੜੀ ਚੇਂਜਿਸ ਆਉਂਦੀ ਹੈ ਓਵਰ ਏ ਪੀਰੀਅਡ ਆਫ ਟਾਈਮ, ਉਸਨੂੰ ਅਸੀਂ ਕਹਿੰਦੇ ਹਾਂ ਇਨਵੈਸਟਮੈਂਟ, ਕਹਿੰਦੇ ਹਾਂ ਨਿਵੇਸ਼ ਕਹਿੰਦੇ। ਮੈਥਮੈਟੀਕਲੀ ਸਟੋਕ ਜਿਹੜਾ ਹੈ, ਇਸਨੂੰ ਅਸੀਂ ਓਵਰ ਏ ਪੀਰੀਅਡ ਆਫ ਟਾਈਮ ਜਿਹੜਾ ਵੇਰੀਏਬਲ, ਮਤਲਬ ਕਿ ਫਲੋ ਹੈ, ਉਸਦੀ ਜਿਹੜੀ ਇੰਟੈਗਰੇਸ਼ਨ ਹੈ, ਉਸਦੇ ਜੋੜ ਨੂੰ ਅਸੀਂ ਕੀ ਕਹਿੰਦੇ ਹਾਂ ਸਟੋਕ। ਮਤਲਬ ਕਿ ਓਵਰ ਏ ਪੀਰੀਅਡ ਆਫ ਟਾਈਮ ਜੋ ਫਲੋ ਹੋਇਆ, ਉਤਪਾਦਨ ਹੋਇਆ, ਤਾਂ ਇੱਕ ਨਿਸ਼ਚਿਤ ਸਮੇਂ 'ਤੇ ਸਾਡੇ ਕੋਲ ਵਸਤੂਆਂ ਅਤੇ ਸੇਵਾਵਾਂ ਦਾ ਭੰਡਾਰ ਹੈ, ਤਾਂ ਉਹ ਸਾਨੂੰ ਪਤਾ ਲੱਗਦਾ। ਤਾਂ ਫਿਰ ਦੂਸਰਾ ਕੰਸੈਪਟ ਹੈ ਸ਼ੋਰਟ ਰਨ ਐਂਡ ਲੌਂਗ ਰਨ, ਅਲਪਕਾਲ ਅਤੇ ਦੀਰਘਕਾਲ।
ਅਸੀਂ ਮਾਈਕਰੋ ਇਕਨੋਮਿਕਸ ਦੇ ਵਿੱਚ ਸ਼ੋਰਟ ਰਨ ਅਤੇ ਲੌਂਗ ਰਨ ਪੜ੍ਹਿਆ ਤਾਂ ਮਾਈਕਰੋ ਇਕਨੋਮਿਕਸ ਦੇ ਵਿੱਚ ਸ਼ੋਰਟ ਰਨ ਦੇ ਵਿੱਚ ਸਾਰੇ ਜਿਹੜੇ ਵੇਰੀਏਬਲਸ ਨੇ, ਸਾਰੇ ਜਿਹੜੇ ਇਨਪੁੱਟਸ ਨੇ ਉਹ ਵੇਰੀਏਬਲ ਨਹੀਂ ਹੁੰਦੇ, ਮਤਲਬ ਸਾਰੇ ਫੈਕਟਰ ਜੋ ਪ੍ਰੋਡਕਸ਼ਨ ਜਿਹੜੇ ਨੇ ਉਹ ਵੇਰੀਏਬਲ ਨਹੀਂ ਹੁੰਦੇ, ਕੁਛ ਫੈਕਟਰ ਜਿਹੜੇ ਅਸੀਂ ਕੋਂਸਟੈਂਟ ਮੰਨਦੇ, ਕੁਛ ਅਸੀਂ ਵੇਰੀਏਬਲ ਮੰਨਦੇ, ਲੇਕਿਨ ਲੌਂਗ ਰਨ ਦੇ ਵਿੱਚ ਸਾਰੇ ਫੈਕਟਰ ਜੋ ਪ੍ਰੋਡਕਸ਼ਨ ਜਿਹੜੇ ਨੇ ਉਹ ਵੇਰੀਏਬਲ ਹੁੰਦੇ। ਤਾਂ ਲੇਕਿਨ ਮੈਕਰੋ ਇਕਨੋਮਿਕਸ ਦੇ ਵਿੱਚ ਜਿਹੜੇ ਸ਼ੋਰਟ ਟਰਮ ਅਤੇ ਲੌਂਗ ਟਰਮ ਜਿਹੜੇ ਨੇ ਉਹ ਮਾਈਕਰੋ ਇਕਨੋਮਿਕਸ ਦੇ ਨਾਲੋਂ ਡਿਫਰੈਂਟ। ਤਾਂ ਮੈਕਰੋ ਇਕਨੋਮਿਕਸ ਦੇ ਵਿੱਚ ਅਸੀਂ ਕੁਛ ਵੇਰੀਏਬਲਸ ਨੂੰ ਸ਼ੋਰਟ ਟਰਮ ਦੇ ਵਿੱਚ ਸਟਿਕੀ ਸਥਿਰ ਸਟਿਕੀ ਮੰਨਦੇ ਨੇ, ਪਰਟੀਕੁਲਰਲੀ ਵਿਸ਼ੇਸ਼ ਤੌਰ 'ਤੇ ਜਿਹੜੀ ਕੀਮਤ ਦਾ ਪੱਧਰ ਹੈ, ਜਿਹੜਾ ਵੇਜ ਰੇਟ ਹੈ, ਮਜ਼ਦੂਰੀ ਦੀ ਦਰ। ਤਾਂ ਅਸੀਂ ਦੇਖਾਂਗੇ ਜਿਹੜੇ ਕਲਾਸੀਕਲ ਇਕੋਨੋਮਿਸਟ ਹੈ ਉਹ ਮੰਨ ਕੇ ਚੱਲਦੇ ਹੈ ਕਿ ਜਿਹੜੀਆਂ ਪ੍ਰਾਈਸਿਸ ਨੇ ਅਤੇ ਜਿਹੜੇ ਵੇਜਿਸ ਕੀਮਤ ਹੈ ਅਤੇ ਮਜ਼ਦੂਰੀ ਦੀ ਦਰ ਹੈ ਉਹ ਫਲੈਕਸੀਬਲ ਹੋਣਗੇ ਜਦੋਂ ਐਗਰੀਕਲ ਡਿਮਾਂਡ ਅਤੇ ਐਗਰੀਕਲ ਸਪਲਾਈ ਇੰਸਟੈਂਟਲੀ ਜਦੋਂ ਐਡਜਸਟ ਕਰੋ। ਤਾਂ ਅਤੇ ਨਿਊ ਇਕਲੀਰੀਅਮ ਜਿਹੜਾ ਹੈ ਉਹ ਅਚੀਵ ਹੋ ਜਾਏਗਾ ਜਦੋਂ ਵੇਜਿਸ ਦੇ ਵਿੱਚ ਜਿਸ ਤਰ੍ਹਾਂ ਜੇ ਘਾਟਾ ਹੁੰਦਾ ਤਾਂ ਇੰਪਲਾਇਮੈਂਟ ਜਿਹੜੀ ਆ ਉਹ ਕੀ ਹੈ ਜ਼ਿਆਦਾ ਹੋਏਗੀ, ਇੰਪਲਾਇਮੈਂਟ ਜ਼ਿਆਦਾ ਹੋਏਗੀ ਤਾਂ ਐਗਰੀਕਲ ਡਿਮਾਂਡ ਜਿਹੜੀ ਆ ਉਹ ਵੱਧੇਗੀ। ਲੇਕਿਨ ਕੇਸ ਜਿਹੜਾ ਹੈ ਅਕੋਰਡਿੰਗ ਟੂ ਕੇਸ ਇਹ ਵੇਰੀਏਬਲ ਜਿਹੜੇ ਨੇ ਸਟਿਕੀ ਨੇ ਅਤੇ ਦੇ ਨੀਡ ਟਾਈਮ, ਇਹਨਾਂ ਨੂੰ ਟਾਈਮ ਚਾਹੀਦਾ ਹੈ ਐਡਜਸਟ ਕਰਨ ਦੇ ਲਈ। ਜਿਸ ਤਰ੍ਹਾਂ ਪ੍ਰਾਈਸਿਸ ਐਂਡ ਵੇਜਿਸ ਜਿਹੜੇ ਨੇ ਉਹ ਆਪਣੇ ਸੰਤੁਲਨ ਲੈਵਲ 'ਤੇ ਪਹੁੰਚਦੇ ਨੇ ਲੌਂਗ ਰਨ ਦੇ ਵਿੱਚ, ਸ਼ੋਰਟ ਰਨ ਦੇ ਵਿੱਚ ਨਹੀਂ। ਕੁਛ ਪੋਲਸੀ ਮੇਕਰ ਜਿਹੜੇ ਨੇ ਉਹ ਸ਼ੋਰਟ ਰਨ ਦੇ ਨਾਲ ਵੀ ਸੰਬੰਧਿਤ ਨੇ, ਲੇਕਿਨ ਉਹਨਾਂ ਨੂੰ ਦੇ ਨੀਡ ਟੂ ਟੇਕ ਇੰਟੂ ਅਕਾਊਂਟ ਰਿਜਿਡਿਟੀ ਇਨ ਪ੍ਰਾਈਸਿਸ ਐਂਡ ਵੇਜਿਸ ਇਨ ਪੋਲਸੀ ਫਾਰਮੁਲੇਸ਼ਨ। ਰਿਜਿਡਿਟੀ ਕੀ ਮੈਨੇ ਕਿ ਜਿਹੜੇ ਵੇਜਿਸ ਨੇ ਅਤੇ ਜਿਹੜੀਆਂ ਪ੍ਰਾਈਸਿਸ ਨੇ ਉਹ ਸ਼ੋਰਟ ਰਨ 'ਚ ਸਟਿਕੀ ਹੁੰਦੇ ਨੇ, ਰਿਜਿਡ ਹੁੰਦੇ ਨੇ। ਜਦੋਂ ਵੀ ਨੀਤੀ ਦਾ ਨਿਰਮਾਣ ਕੀਤਾ ਉਹਨਾਂ ਨੂੰ ਇਸ ਨੂੰ ਇਸ ਤਰ੍ਹਾਂ ਲੈਣਾ ਚਾਹੀਦਾ, ਠੀਕ ਹੈ। ਤਾਂ ਜਿਹੜੀ ਜਿਸ ਤਰ੍ਹਾਂ ਦਾ ਫਲੋ ਆਫ ਕੈਪੀਟਲ ਇਨਪੁੱਟ, ਜਦੋਂ ਪੂੰਜੀ ਦੀ ਜਿਹੜੇ ਪੂੰਜੀ ਦੇ ਆਦਾਨ ਨੇ ਜਦੋਂ ਉਹ ਅਰਥ ਵਿਵਸਥਾ ਦੇ ਵੱਖ ਵੱਖ ਸੈਕਟਰਾਂ ਦੇ ਵਿੱਚ ਉਹਨਾਂ ਦਾ ਪ੍ਰਵਾਹ ਹੁੰਦਾ ਤਾਂ ਉਹ ਇੱਕ ਥੋੜ੍ਹੇ ਸਮੇਂ ਦੇ ਵਿੱਚ ਪੋਸੀਬਲ ਨਹੀਂ ਹੈ। ਜਦੋਂ ਕੈਪੀਟਲ ਜਿਹੜੀ ਹੈ ਇੱਕ ਸੈਕਟਰ ਤੋਂ ਦੂਸਰੇ ਸੈਕਟਰ 'ਚ ਮੂਵ ਕਰਦੀ ਹੈ ਤਾਂ ਇਹਨੂੰ ਟਾਈਮ ਲੱਗਦਾ। ਇਹ ਸ਼ੋਰਟ ਟਰਮ ਕਨਸੈਪਟ ਨਹੀਂ ਹੈ, ਇਹ ਲੌਂਗ ਰਨ ਕਨਸੈਪਟ ਹੈ। ਤਾਂ ਇਸ ਤਰ੍ਹਾਂ ਹੀ ਇੱਕ ਕੰਟਰੀ ਤੋਂ ਦੂਸਰੇ ਕੰਟਰੀ 'ਚ ਜਦੋਂ ਪੂੰਜੀ ਮੂਵ ਕਰਦੀ ਹੈ ਤਾਂ ਇਟ ਟੇਕਸ ਲੌਂਗ ਟਾਈਮ ਤਾਂ ਇੱਕ ਏਰੀਆ ਦੇ ਵਿੱਚ ਪਹੁੰਚਣ ਦੇ ਲਈ। ਤਾਂ ਜਿਹੜਾ ਇਸ ਦਾ ਜਿਹੜਾ ਪ੍ਰਭਾਵ ਹੈ, ਜਦੋਂ ਜਿਸ ਤਰ੍ਹਾਂ ਇਨਫਲੇਸ਼ਨ ਨੂੰ ਕੰਟਰੋਲ ਕਰਨਾ, ਅਨਇੰਪਲਾਇਮੈਂਟ ਨੂੰ ਦੂਰ ਕਰਨਾ, ਆਰਥਿਕ ਵਿਕਾਸ ਦੇ ਵਿੱਚ ਵਾਧਾ ਕਰਨਾ, ਤਾਂ ਇਹ ਇਸ ਤਰ੍ਹਾਂ ਨਹੀਂ ਹੈ ਕਿ ਬਹੁਤ ਘੱਟ ਸਮੇਂ ਦੇ ਵਿੱਚ ਅਸੀਂ ਅਨਇੰਪਲਾਇਮੈਂਟ ਦੂਰ ਕਰ ਸਕਦੇ ਹਾਂ, ਗਰੀਬੀ ਨੂੰ ਦੂਰ ਕਰ ਸਕਦੇ ਹਾਂ, ਜਾਂ ਕੀਮਤਾਂ ਨੂੰ ਅਸੀਂ ਗੌਰਮੈਂਟ ਕਹੇ ਕਿ ਅੱਜ ਹੀ ਅਸੀਂ ਕੰਟਰੋਲ ਕਰ ਲਵਾਂਗੇ, ਅੱਜ ਹੀ ਅਸੀਂ ਬੇਰੁਜ਼ਗਾਰੀ ਦੂਰ ਕਰ ਲਵਾਂਗੇ, ਅੱਜ ਹੀ ਗਰੀਬੀ ਦੂਰ ਕਰ ਲਵਾਂਗੇ, ਅੱਜ ਹੀ ਦੇਸ਼ ਦੇ ਵਿੱਚ ਵਿਕਾਸ ਕਰ ਲਵਾਂਗੇ, ਤਾਂ ਇਸ ਨੂੰ ਟਾਈਮ ਲੱਗਦਾ, ਸਮਾਂ ਲੱਗਦਾ ਅਤੇ ਇਹ ਇੱਕ ਲੌਂਗ ਰਨ ਕਨਸੈਪਟ। ਨੈਕਸਟ ਜਿਹੜਾ
ਕਨਸੈਪਟ ਅਸੀਂ ਡਿਸਕਸ ਕਰਨਾ ਦੈਟ ਇਜ਼ ਦਾ ਇਕਨੋਮਿਕ ਮਾਡਲਸ, ਆਰਥਿਕ ਵਿਕਾਸ। ਆਰਥਿਕ ਵਿਕਾਸ ਕੀ ਹੈ? ਇੱਕ ਜਿਹੜੀ ਵਾਸਤਵਿਕਤਾ ਹੈ, ਰਿਐਲਿਟੀ ਹੈ, ਉਹਦਾ ਇੱਕ ਸਰਲ ਵਰਸ਼ਨ ਹੈ, ਇੱਕ ਸਰਲ ਰੂਪ ਹੈ। ਇਹ ਜਿਹੜਾ ਇਕਨੋਮਿਕ ਮਾਡਲ ਹੈ, ਸਾਨੂੰ ਸਮਝਣ ਦੇ ਵਿੱਚ, ਵਿਸ਼ਲੇਸ਼ਣ ਕਰਨ ਦੇ ਵਿੱਚ ਅਤੇ ਅਰਥ ਵਿਵਸਥਾ ਦੇ ਵਿਵਹਾਰ ਨੂੰ ਪ੍ਰਡਿਕਟ ਕਰਨ ਦੇ ਵਿੱਚ, ਭਵਿੱਖਬਾਣੀ ਕਰਨ ਦੇ ਵਿੱਚ ਜਿਹੜੀ ਸਾਡੀ ਹੈਲਪ ਕਰਨ। ਤਾਂ ਇਕਨੋਮਿਕ ਮਾਡਲ ਇਹ ਮਾਈਕਰੋ ਇਕਨੋਮਿਕ ਵੀ ਹੋ ਸਕਦਾ, ਹਾਊਸ ਹੋਲਡ ਦੇ ਲਈ, ਫਾਰਮ ਦੇ ਲਈ, ਅਤੇ ਜਿਸ ਦੇ ਵਿੱਚ ਅਸੀਂ ਇਹਨਾਂ ਮਾਈਕਰੋ ਇਕਨੋਮਿਕ ਏਜੰਟਸ ਦੇ ਬਿਹੇਵੀਅਰ ਨੂੰ ਅਸੀਂ ਸਟੱਡੀ ਕਰਦੇ ਹਾਂ। ਅਤੇ ਜਿਹੜੇ ਮੈਕਰੋ ਇਕਨੋਮਿਕਸ ਦੇ ਵਿੱਚ ਜਿਹੜੇ ਇਕਨੋਮਿਕ ਮਾਡਲਸ ਨੇ, ਅਰਥ ਵਿਵਸਥਾ ਦੇ ਜਿਹੜੇ ਬਿਹੇਵੀਅਰ ਨੂੰ ਸਮਝਣ ਦੇ ਵਿੱਚ ਸਾਡੀ ਮਦਦ ਕਰਦੇ। ਤਾਂ ਮੈਕਰੋ ਇਕਨੋਮਿਕਸ ਦੇ ਵਿੱਚ ਅਸੀਂ ਆਈਡੈਂਟੀਫਾਈ ਕਰਦੇ ਹਾਂ, ਅਸੀਂ ਪਹਿਚਾਣ ਕਰਦੇ ਹਾਂ ਕੁਛ ਮੈਕਰੋ ਇਕਨੋਮਿਕ ਦੇ ਵੇਰੀਏਬਲਸ, ਜਿਸ ਤਰ੍ਹਾਂ ਇਨਕਮ ਹੈ, ਆਊਟਪੁੱਟ ਹੈ, ਐਕਸਪੈਂਡੀਚਰ, ਇਨਵੈਸਟਮੈਂਟ ਹੈ, ਸੇਵਿੰਗਸ ਹੈ, ਐਕਸਪੋਰਟਸ। ਅਤੇ ਇਹਨਾਂ ਨੂੰ ਅੰਡਰਸਟੈਂਡ ਕਰਨ ਤੋਂ ਬਾਅਦ ਇਹਨਾਂ ਦੇ ਵਿਚਕਾਰ ਅਸੀਂ ਜਿਹੜਾ ਸੰਬੰਧ ਹੈ ਉਸਨੂੰ ਅਸਟੈਬਲਿਸ਼ ਕਰਦੇ ਹਾਂ, ਉਹਨਾਂ ਵਿੱਚ ਨਿਰਮਾਣ ਕਰਦੇ ਹਾਂ। ਤਾਂ ਇਹ ਜਿਹੜੇ ਰਿਲੇਸ਼ਨਸ਼ਿਪ ਹੈ ਇਹਨਾਂ ਡਿਫਰੈਂਟ ਵੇਰੀਏਬਲ ਦੇ ਵਿੱਚ, ਜਿਸ ਤਰ੍ਹਾਂ ਇਨਕਮ ਜਦੋਂ ਵਧੇਗੀ, ਇਨਕਮ ਵਧਣ ਦੇ ਨਾਲ ਨਾਲ ਸੇਵਿੰਗਸ ਵਧਦੀ, ਕੰਜਮਸ਼ਨ ਵੀ ਵਧਦੀ। ਤਾਂ ਕੰਜਮਸ਼ਨ ਦਾ ਇਨਕਮ ਦੇ ਨਾਲ, ਸੇਵਿੰਗ ਦਾ ਇਨਕਮ ਦੇ ਨਾਲ, ਜਾਂ ਕੰਜਮਸ਼ਨ ਦਾ ਸੇਵਿੰਗ ਦੇ ਨਾਲ ਕੀ ਰਿਲੇਸ਼ਨਸ਼ਿਪ, ਇਸ ਨੂੰ ਅਸੀਂ ਐਕਸਪ੍ਰੈਸ ਕਰਦੇ ਹਾਂ, ਪ੍ਰੋਜੈਕਟ ਕਰਦੇ ਹਾਂ ਡਾਇਗ੍ਰਾਮਸ ਰਾਹੀਂ, ਮੈਥਮੈਟੀਕਲ ਇਕੁਏਸ਼ਨਸ ਰਾਹੀਂ। ਤਾਂ ਫਿਰ ਮੈਕਰੋ ਇਕਨੋਮਿਕ ਮਾਡਲ ਜਿਹੜੇ ਨੇ ਇਹ ਬਿਨਾਂ ਮੈਥਮੈਟੀਕਲ ਐਕਸਪ੍ਰੈਸ਼ਨ ਤੋਂ ਵੀ ਹੋ ਸਕਦੇ ਨੇ, ਲੇਕਿਨ ਉਹ ਅਨੇ ਪ੍ਰਿਸਾਈਸ, ਅਨੇ ਜਿਹੜੇ ਨੇ ਬਿਲਕੁਲ ਪ੍ਰਿਸਾਈਸ, ਬਿਲਕੁਲ ਠੀਕ ਜਿਹੜੇ ਨੇ ਉਹ ਸਾਨੂੰ ਨਹੀਂ ਪਤਾ ਲੱਗਦਾ ਉਸ ਤੋਂ, ਜੇ ਮੈਥਮੈਟੀਕਲ ਨਾ। ਤਾਂ ਜਿਹੜਾ ਮੈਕਰੋ ਇਕਨੋਮਿਕ ਮਾਡਲ ਹੈ ਇਹ ਕਈ ਅਜੰਪਸ਼ਨਸ ਤੇ ਆਧਾਰਿਤ, ਜਿਸ ਤਰ੍ਹਾਂ ਮਾਈਕਰੋ ਇਕਨੋਮਿਕਸ 'ਚ ਅਸੀਂ ਮੰਨਦੇ ਹਾਂ ਕਿ ਇਹ ਫੈਕਟਰਸ ਕੋਨਸਟੈਂਟ ਹੈ, ਇਹ ਫੈਕਟਰਸ ਜਿਹੜੇ ਨੇ ਵੇਰੀਏਬਲ ਹੋਣਗੇ। ਤਾਂ ਇਸ ਤਰ੍ਹਾਂ ਹੀ ਮੈਕਰੋ ਇਕਨੋਮਿਕਸ ਦੇ ਵਿੱਚ ਅਸੀਂ ਕੁਛ ਐਗਰੀਗੇਟ ਵੇਰੀਏਬਲਸ, ਜਿਸ ਤਰ੍ਹਾਂ ਅਸੀਂ ਕੁੱਲ ਕੰਜਮਸ਼ਨ, ਕੁੱਲ ਉਪਭੋਗ, ਟੋਟਲ ਇਨਵੈਸਟਮੈਂਟ, ਗੌਰਮੈਂਟ ਐਕਸਪੈਂਡੀਚਰ, ਨੈੱਟ ਐਕਸਪੋਰਟਸ, ਤਾਂ ਇਹਨਾਂ ਨੂੰ ਅਸੀਂ ਸਟੱਡੀ ਕਰਦੇ ਹਾਂ। ਅਤੇ ਇਹਨਾਂ ਨੂੰ ਜਦੋਂ ਸਟੱਡੀ ਕਰਦੇ ਹਾਂ ਤਾਂ ਕੁਛ ਜਿਹੜੀਆਂ ਅਜੰਪਸ਼ਨਸ ਅਸੀਂ ਲੈ ਲੈਂਦੇ ਹਾਂ, ਜਿਸ ਤਰ੍ਹਾਂ ਕਿ ਅਰਥ ਵਿਵਸਥਾ ਵਿੱਚ ਪੂਰਨ ਰੁਜ਼ਗਾਰ ਹੈ, ਤਾਂ ਗੌਰਮੈਂਟ ਜਿਹੜੀ ਆ ਉਹ ਦਖਲ ਅੰਦਾਜ਼ੀ ਨਹੀਂ ਦਿੰਦੀ, ਜਾਂ ਦਿੰਦੀ ਹੈ ਲੈਸਿਸ ਫੇਅਰ ਪੋਲਸੀ, ਜਾਂ ਵੇਜ ਰੇਟ ਫਲੈਕਸੀਬਲ ਹੈ, ਜਾਂ ਉਹ ਰਿਜਿਡ ਹੈ। ਤਾਂ ਇਸ ਤਰ੍ਹਾਂ ਦੀਆਂ ਕੁਛ ਅਜੰਪਸ਼ਨਸ ਅਸੀਂ ਜਿਹੜਾ ਹੈ ਉਹ ਡਿਸਕਸ ਕਰਦੇ ਹਾਂ, ਅਤੇ ਅਸੀਂ ਸੰਤੁਲਨ ਸਥਾਪਿਤ ਕਰਦੇ ਹਾਂ ਸਾਰੀ ਅਰਥ ਵਿਵਸਥਾ ਦੇ ਉਤਪਾਦਨ ਦਾ, ਇਨਕਮ ਦਾ। ਅਤੇ ਅਸੀਂ ਮੈਕਰੋ ਇਕਨੋਮਿਕਸ ਦੇ ਵਿੱਚ ਹਾਊਸ ਹੋਲਡਸ ਅਤੇ ਫਰਮ ਦੇ ਬਿਹੇਵੀਅਰ ਅਸੀਂ ਇਗਨੋਰ ਕਰਦੇ ਹਾਂ। ਤਾਂ ਕੁਛ ਵਿਕਾਸ ਦੇ ਜਿਹੜੇ ਮਾਡਲਸ ਨੇ, ਜਿਸ ਤਰ੍ਹਾਂ ਹੈਰਡੋਮਰ ਮਾਡਲ ਹੈ ਵਿਕਾਸ ਦਾ, ਸੋਲੋ ਮਾਡਲ ਹੈ, ਇਹ ਅਜੂਮ ਕਰਦੇ ਹਨ ਕਿ ਇਕੋਨਮੀ ਦੇ ਵਿੱਚ ਸਿਰਫ ਇੱਕ ਸੈਕਟਰ ਹੈ ਅਤੇ ਐਗਰੀਗੇਟ ਪ੍ਰੋਡਕਸ਼ਨ ਫੰਕਸ਼ਨ ਜਿਹੜਾ ਹੈ ਇਹ ਸਾਨੂੰ ਜਿਹੜਾ
ਐਗਰੀਗੇਟ ਪ੍ਰੋਡਕਸ਼ਨ ਫੰਕਸ਼ਨ ਜਿਹੜਾ ਸਾਨੂੰ ਰਿਲੇਸ਼ਨਸ਼ਿਪ ਦਿੰਦਾ ਹੈ ਕਿ ਐਗਰੀਗੇਟ ਆਊਟਪੁੱਟ ਵਿਦ ਦਾ ਐਗਰੀਗੇਟ ਇਨਪੁੱਟ, ਮਤਲਬ ਕੁੱਲ ਉਤਪਾਦਨ ਦਾ ਕੁੱਲ ਜਿਹੜੇ ਇਨਪੁੱਟਸ ਨੇ, ਜਿਸ ਤਰ੍ਹਾਂ ਕੁੱਲ ਪੂੰਜੀ ਹੈ, ਕੁੱਲ ਮਜ਼ਦੂਰ ਨੇ, ਉਹਨਾਂ ਨਾਲ ਕੀ ਸੰਬੰਧ ਹੈ। ਇਹਨਾਂ ਦਾ ਜਿਹੜਾ ਓਬਜੈਕਟਿਵ ਹੁੰਦਾ ਹੈ ਗਰੋਥ ਮਾਡਲ ਦਾ, ਉਹ ਹੈ ਸੰਤੁਲਨ ਦੀਆਂ ਜਿਹੜੀਆਂ ਸ਼ਰਤਾਂ, ਵਿਕਾਸ ਦੇ ਸੰਤੁਲਨ ਦੀਆਂ ਸ਼ਰਤਾਂ ਨਾਲ ਵਿਸ਼ਲੇਸ਼ਣ ਕਰਨਾ, ਅਤੇ ਇਸ ਦੇ ਵਿੱਚ ਅਸੀਂ ਸੇਵਿੰਗ ਰੇਸ਼ੋ, ਪਾਪੂਲੇਸ਼ਨ ਗਰੋਥ, ਇਹਨਾਂ ਦਾ ਅਸੀਂ ਇਗਨੋ ਮਤਲਬ ਰਿਲੇਸ਼ਨਸ਼ਿਪ ਨੂੰ ਅਸੀਂ ਸਟੱਡੀ ਕਰਦੇ ਹਾਂ। ਇਹ ਮਾਡਲ ਇਗਨੋਰ ਕਰਦੇ ਹਾਂ ਡਿਟੇਲਸ ਨੂੰ, ਲੇਕਿਨ ਬਰੋਡ ਕੰਕਲੂਜਨ ਜਿਹੜੇ ਨੇ ਡਰਾ ਕਰਨ ਦੇ ਵਿੱਚ, ਪੋਲਸੀ ਫਾਰਮੂਲੇਸ਼ਨ ਕਰਨ ਦੇ ਵਿੱਚ ਹੈਲਪ ਕਰਦੇ। ਤਾਂ ਜਿਸ ਤਰ੍ਹਾਂ ਕਿਸੇ ਵੀ ਕੰਟਰੀ ਦੇ ਜਿਹੜੀਆਂ ਪਲੈਨਸ ਨੇ, ਯੋਜਨਾਵਾਂ ਨੇ, 5-year ਪਲੈਨਸ, ਤਾਂ ਉਹ ਕਿਸੇ ਨਾ ਕਿਸੇ ਮਾਡਲ ਦੇ 'ਤੇ ਆਧਾਰਿਤ ਹੁੰਦੀਆਂ ਆਮ ਤੌਰ 'ਤੇ। ਤਾਂ ਹੁਣ ਇੱਕ ਕੁਐਸਚਨ ਅਰਾਈਜ਼ ਹੁੰਦਾ ਕਿ ਵੱਖ ਵੱਖ ਦੇਸ਼ਾਂ ਦੇ ਵਿੱਚ ਜਿਹੜਾ ਵਿਕਾਸ ਦੀ ਦਰ ਅਲੱਗ ਅਲੱਗ ਕਿਉਂ ਹੁੰਦੀ ਹੈ, ਕੋਈ ਦੇਸ਼ ਅਮੀਰ, ਕੋਈ ਦੇਸ਼ ਕਿਉਂ ਗਰੀਬ ਹੁੰਦਾ। ਇਸ ਜਿਹੜੇ ਕੁਐਸਚਨਸ, ਇਹੋ ਜਿਹੇ ਕੁਐਸਚਨ ਨੂੰ ਐਡਰੈਸ ਜਾਂ ਜਿਹੜਾ ਸੋਲਿਊਸ਼ਨ ਹੈ ਜਾਂ ਇਹਨਾਂ ਦਾ ਜਿਹੜਾ ਆਂਸਰ ਹੈ, ਸਾਨੂੰ ਗਰੋਥ ਮਾਡਲ ਦੇ ਰਾਹੀਂ ਜਿਹੜਾ ਹੈ ਉਹ ਪਤਾ। ਨੈਕਸਟ ਜਿਹੜਾ ਕੰਸੈਪਟ ਹੈ, ਦੈਟ ਇਜ਼ ਦਾ ਗਰੋਥ ਰੇਟ। ਜਿਹੜਾ ਵਿਕਾਸ ਦਰ ਹੈ ਜਾਂ ਵਾਧੇ ਦੀ ਦਰ ਹੈ, ਇਸ ਨੂੰ ਅਸੀਂ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਯੂਜ਼ ਕਰਦੇ। ਅਸੀਂ ਕਹਿੰਦੇ ਹਾਂ ਕਿ ਆਮ ਤੌਰ 'ਤੇ ਇੱਕ ਸਾਲ ਦੇ ਵਿੱਚ ਸਾਡੀ ਸੈਲਰੀ ਦੇ ਵਿੱਚ ਕਿੰਨਾ ਵਾਧਾ ਹੋਇਆ, ਵਿਆਜ ਦੀ ਦਰ ਦੇ ਵਿੱਚ ਕਿੰਨਾ ਵਾਧਾ ਹੋਇਆ, ਮੇਰੀ ਸੇਵਿੰਗਸ ਦੇ ਵਿੱਚ ਕਿੰਨਾ ਵਾਧਾ ਹੋਇਆ, ਮੁਦਰਾ ਸਫੀਤੀ ਦੀ ਦਰ ਦੇ ਵਿੱਚ ਕਿੰਨਾ ਵਾਧਾ ਹੋਇਆ। ਤਾਂ ਇਹ ਸਾਰੀਆਂ ਗੱਲਾਂ ਨੂੰ ਅਸੀਂ ਡਿਸਕਸ ਕਰਦੇ ਹਾਂ। ਤਾਂ ਗਰੋਥ ਰੇਟ ਹੁੰਦਾ ਕੀ ਹੈ? ਗਰੋਥ ਰੇਟ ਇਹ ਹੈ ਕਿ ਜਦੋਂ ਅਸੀਂ ਕਰੰਟ ਈਅਰ ਦੇ ਮੁੱਲ ਨੂੰ ਪ੍ਰੀਵੀਅਸ ਈਅਰ ਦੇ ਮੁੱਲ ਵਿੱਚ ਘਟਾ ਕੇ ਅਤੇ ਪ੍ਰੀਵੀਅਸ ਈਅਰ ਦੇ ਮੁੱਲ ਦੇ ਨਾਲ ਡਿਵਾਈਡ ਕਰਦੇ ਹਾਂ ਅਤੇ ਮਲਟੀਪਲਾਈ ਬਾਈ 100 ਕਰਦੇ ਹਾਂ, ਤਾਂ ਸਾਨੂੰ ਇਸਦਾ ਗਰੋਥ ਰੇਟ ਜਿਹੜਾ ਹੈ ਪਤਾ ਲੱਗਦਾ। ਜੇ ਅਸੀਂ ਮੰਨ ਲਓ GDP ਦਾ ਗਰੋਥ ਰੇਟ, ਗਰੋਸ ਡੋਮੈਸਟਿਕ ਪ੍ਰੋਡਕਟ ਦਾ ਗਰੋਥ ਰੇਟ ਪਤਾ ਕਰਨਾ ਹੋਵੇ ਪਿਛਲੇ ਸਾਲ ਨਾਲੋਂ ਕਰੰਟ ਈਅਰ ਦੇ ਵਿੱਚ, ਤਾਂ ਕਰੰਟ ਈਅਰ ਦੀ GDP ਲਵਾਂਗੇ ਅਤੇ ਪ੍ਰੀਵੀਅਸ ਈਅਰ ਦੀ GDP ਲਵਾਂਗੇ ਅਤੇ ਡਿਵਾਈਡ ਕਰਾਂਗੇ ਅਸੀਂ ਬੇਸ ਈਅਰ ਜਿਹੜਾ ਸਾਡੇ ਕੋਲ ਪ੍ਰੀਵੀਅਸ ਈਅਰ ਹੈ ਅਤੇ ਮਲਟੀਪਲਾਈ 100 ਕਰਕੇ ਅਸੀਂ ਫਾਈਂਡ ਆਊਟ ਕਰ ਸਕਦੇ ਹਾਂ ਕਿ ਕੰਟਰੀ ਦੇ ਵਿੱਚ ਕਿਸ ਦਰ ਦੇ ਨਾਲ ਗਰੋਥ ਰੇਟ ਦੇ ਵਿੱਚ, ਮਤਲਬ GDP ਦੇ ਵਿੱਚ ਕੀ ਹੋਇਆ ਵਾਧਾ ਹੋਇਆ। ਤਾਂ GDP ਨੂੰ ਅਸੀਂ ਕਰੰਟ ਈਅਰ ਦੇ ਬੇਸ 'ਤੇ ਅਤੇ ਬੇਸ ਈਅਰ ਦੇ ਬੇਸ 'ਤੇ, ਮਤਲਬ ਕਿ ਕੋਂਸਟੈਂਟ ਪ੍ਰਾਈਸਿਸ 'ਤੇ ਵੀ ਅਤੇ ਕਰੰਟ ਪ੍ਰਾਈਸਿਸ 'ਤੇ ਦੋਨੋਂ ਸਥਿਤੀਆਂ ਦੇ ਨਾਲ ਅਸੀਂ ਮਈਅਰ ਕਰਦੇ ਹਾਂ। ਤਾਂ ਗਰੋਥ ਰੇਟ ਦਾ ਪਤਾ ਹੋਣਾ ਸਾਨੂੰ ਬਹੁਤ ਜ਼ਰੂਰੀ ਹੈ। ਕਿਸੇ ਵੀ ਦੇਸ਼ ਦਾ ਜਿਹੜਾ ਵਿਕਾਸ ਕਿਸ ਤੇਜ਼ੀ ਨਾਲ ਹੋ ਰਿਹਾ, ਉਹ ਸਾਨੂੰ ਉਸ ਕੰਟਰੀ ਦੀ ਗਰੋਥ ਰੇਟ ਰਾਹੀਂ, ਜਦੋਂ ਗਰੋਥ ਰੇਟ ਦੀ ਗੱਲ ਕਰੋਗੇ, ਗਰੋਥ ਰੇਟ ਦਾ ਮਤਲਬ ਹੁੰਦਾ ਕਿ ਉਸ ਕੰਟਰੀ ਦੇ ਵਿੱਚ ਨੈਸ਼ਨਲ ਇਨਕਮ ਕਿਸ ਦਰ ਦੇ ਨਾਲ ਵੱਧ ਰਹੀ। ਜਿਸ ਕੰਟਰੀ ਦੀ ਵਿਕਾਸ ਦਾ ਜਿੰਨੀ ਜ਼ਿਆਦਾ ਹੋਏਗੀ, ਉਨਾ ਹੀ ਉਸ ਕੰਟਰੀ ਦੇ ਵਿੱਚ ਵਿਕਾਸ ਜਿਹੜਾ ਤੇਜ਼ੀ ਨਾਲ ਹੋ ਰਿਹਾ। ਇਹਦਾ ਮਤਲਬ ਉਸ ਕੰਟਰੀ ਦੇ ਵਿੱਚ ਜਿਹੜੀ ਸਟੈਂਡਰਡ ਆਫ ਲਿਵਿੰਗ ਹੈ ਲੋਕਾਂ ਦੀ, ਜਿਹੜੀ ਇਨਕਮ ਹੈ ਅਤੇ ਕੰਟਰੀ ਦੀ ਜਿਹੜੀ ਖੁਸ਼ਹਾਲੀ ਹੈ,
ਉਸੇ ਤੇਜ਼ੀ ਦੇ ਨਾਲ ਵੱਧ ਰਹੀ ਹੈ। ਤੇ ਜੇ ਕੰਟਰੀ ਦੇ ਵਿੱਚ ਗਰੋਥ ਰੇਟ ਘੱਟ ਹੈ ਤਾਂ ਇਹ ਕੰਟਰੀ ਦੇ ਪੋਲਿਸੀ ਫਾਰਮੂਲੇਸ਼ਨ ਦੇ ਲਈ ਜਿਹੜੇ ਕੰਟਰੀ ਦੇ ਲਈ ਪੋਲਿਸੀ ਦਾ ਨਿਰਮਾਣ ਕਰਦੇ ਹਨ, ਪੋਲਿਸੀ ਮੇਕਰਸ ਦੇ ਲਈ ਇਹ ਇੱਕ ਚਿੰਤਾ ਦਾ ਵਿਸ਼ਾ ਹੁੰਦਾ, ਉਹਨਾਂ ਦੇ ਲਈ ਇੱਕ ਮੁੱਦਾ ਹੁੰਦਾ ਹੈ ਕਿ ਕੰਟਰੀ ਦੇ ਵਿੱਚ ਗਰੋਥ ਰੇਟ ਨੂੰ ਕਿਵੇਂ ਵਧਾਇਆ ਜਾਵੇ। ਤਾਂ ਗਰੋਥ ਰੇਟ ਕਿਸੇ ਵੀ ਕੰਟਰੀ ਦੇ ਲਈ ਬਹੁਤ ਹੀ ਇੱਕ ਇੰਪੋਰਟੈਂਟ ਐਸਪੈਕਟ ਹੈ। ਨੈਕਸਟ ਜਿਹੜਾ ਕੰਸੈਪਟ ਹੈ ਅਸੀਂ ਜਿਹੜਾ ਡਿਸਕਸ ਕਰਨਾ ਹੈ ਉਹ ਹੈ ਪ੍ਰੋਡਕਸ਼ਨ ਪੋਸੀਬਿਲਿਟੀ, ਜਿਸ ਨੂੰ ਅਸੀਂ ਸੰਭਾਵਿਤ ਉਤਪਾਦਨ ਵਕਤ ਜਿਹੜੀ ਹੈ ਉਹ ਕਹਿ ਰਹੇ ਹਾਂ। ਸੰਭਾਵਿਤ ਉਤਪਾਦਨ ਵਕਤ ਕੀ ਹੁੰਦੀ ਹੈ ਕਿ ਮੰਨ ਲਓ ਅਸੀਂ ਦੋ ਵਸਤੂਆਂ ਦਾ ਉਤਪਾਦਨ ਕਰਨਾ ਤਾਂ ਦਿੱਤੇ ਹੋਏ ਸਾਧਨਾਂ ਦੇ ਨਾਲ ਦੋ ਵਸਤੂਆਂ ਦੇ ਵੱਖਰੇ ਵੱਖਰੇ ਜੋੜੇ ਜਿਹੜੀ ਸ਼ੋਅ ਕਰਦੀ ਹੈ ਉਸਨੂੰ ਅਸੀਂ ਪ੍ਰੋਡਕਸ਼ਨ ਪੋਸੀਬਿਲਿਟੀ ਕਰ PPC ਅਸੀਂ ਸ਼ੋਰਟ ਦੇ ਵਿੱਚ PPC ਕਰ ਕਹਿ ਰਹੇ ਹਾਂ। ਪ੍ਰੋਡਕਸ਼ਨ ਪੋਸੀਬਿਲਿਟੀ ਕਰ ਜਿਹੜੀ ਹੈ ਉਹ ਕਹਿ ਰਹੇ ਤਾਂ ਉਸ ਕੇਸ ਦੇ ਵਿੱਚ ਮੰਨ ਲਓ ਤੁਹਾਡੇ ਕੋਲ ਦਿੱਤੇ ਹੋਏ ਸਾਧਨ ਹੈ, ਦਿੱਤੇ ਹੋਏ ਸਾਧਨ ਦੇ ਵਿੱਚ ਜਿਸ ਤਰ੍ਹਾਂ ਇਸ ਪ੍ਰੋਡਕਸ਼ਨ ਪੋਸੀਬਿਲਿਟੀ ਕਰ ਦੇ ਵਿੱਚ ਦੋ ਪੁਆਇੰਟਸ ਨੇ E ਅਤੇ F, ਤਾਂ ਦਿੱਤੇ ਹੋਏ ਸਾਧਨਾਂ ਦੇ ਨਾਲ ਜੇ ਐਫ ਪੁਆਇੰਟ ਜਿਹੜਾ ਪ੍ਰੋਡਕਸ਼ਨ ਪੋਸੀਬਿਲਿਟੀ ਕਰ ਹੋਇਆ ਇਹ ਸ਼ੋਅ ਕਰਦਾ ਹੈ ਕਿ ਅਸੀਂ ਕੈਪੀਟਲ ਗੁੱਡਸ ਜ਼ਿਆਦਾ ਪ੍ਰੋਡਿਊਸ ਕਰ ਰਹੇ ਹਾਂ ਅਤੇ ਕੰਜ਼ਿਊਮਰ ਗੁੱਡਸ ਜਿਹੜੀ ਹੈ X2 ਪ੍ਰੋਡਿਊਸ ਕਰ ਰਹੇ ਹਾਂ। ਅਤੇ ਇਹਨਾਂ ਸਾਧਨਾਂ ਦੇ ਨਾਲ ਜੇ ਅਸੀਂ ਕੰਜ਼ਿਊਮਰ ਗੁੱਡਸ ਜ਼ਿਆਦਾ ਪੈਦਾ ਕਰਨਾ ਚਾਹੁੰਦੇ ਹਾਂ ਅਤੇ ਕੈਪੀਟਲ ਗੁੱਡਸ ਘੱਟ ਪੈਦਾ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਈ ਬਿੰਦੂ 'ਤੇ ਜਾ ਸਕਦੇ ਹਾਂ। ਮਤਲਬ ਕਿ ਅਸੀਂ ਇਹਨਾਂ ਸਾਧਨਾਂ ਦੇ ਨਾਲ ਹੀ ਈ ਬਿੰਦੂ ਦੇ ਉੱਤੇ ਕੰਜ਼ਿਊਮਰ ਗੁੱਡਸ ਜ਼ਿਆਦਾ ਅਤੇ ਕੈਪੀਟਲ ਗੁੱਡਸ ਘੱਟ ਪੈਦਾ ਕਰ ਸਕਦੇ ਹਾਂ। ਤਾਂ ਈ ਅਤੇ ਐਫ ਬਿੰਦੂ ਇਹ ਸ਼ੋਅ ਕਰ ਰਹੇ ਹਨ ਕਿ ਜਿੰਨੇ ਵੀ ਰਿਸੋਰਸਿਸ ਉਪਲਬਧ ਹੈ, ਜਿੰਨੇ ਵੀ ਸਾਧਨ ਉਪਲਬਧ ਹੈ, ਉਹਨਾਂ ਸਾਧਨਾਂ ਦਾ ਅਸੀਂ ਇਸ਼ਟਤਮ ਪ੍ਰਯੋਗ ਕਰ ਰਹੇ ਹਾਂ, ਮੈਕਸੀਮਮ ਪ੍ਰੋਡਕਸ਼ਨ ਜਿਹੜੀ ਯੂਜ਼ ਉਹਦਾ ਕਰ ਰਹੇ ਹਾਂ। ਮੈਕਸੀਮਮ ਯੂਜ਼ ਕਰਕੇ ਅਸੀਂ ਪ੍ਰੋਡਕਸ਼ਨ ਪੋਸੀਬਿਲਿਟੀ ਕਰਦੇ ਕਿਸੇ ਵੀ ਕੰਬੀਨੇਸ਼ਨ ਨੂੰ ਅਚੀਵ ਕਰ ਸਕਦੇ ਹਾਂ, ਪ੍ਰਾਪਤ ਕਰ ਸਕਦੇ। ਲੇਕਿਨ ਇਸ ਪ੍ਰੋਡਕਸ਼ਨ ਪੋਸੀਬਿਲਿਟੀ ਕਰਵ ਦੇ ਅੰਡਰ ਵਿਚਕਾਰ ਜੇ ਕੋਈ ਵੀ ਕੰਬੀਨੇਸ਼ਨ ਪਾਇਆ ਜਾਂਦਾ, ਜਿਸ ਤਰ੍ਹਾਂ ਏ ਕੰਬੀਨੇਸ਼ਨ ਹੈ ਤਾਂ ਡੀ ਕੰਬੀਨੇਸ਼ਨ ਹੈ। ਜੇ ਏ ਜਾਂ ਡੀ ਕੰਬੀਨੇਸ਼ਨ ਅਸੀਂ ਪ੍ਰੋਡਿਊਸ ਕਰਦੇ ਹਾਂ, ਮਤਲਬ ਪ੍ਰੋਡਿਊਸਰ ਪ੍ਰੋਡਿਊਸ ਕਰਦੇ ਹਾਂ, ਤਾਂ ਇਹਦਾ ਮਤਲਬ ਜੋ ਸਾਧਨ ਉਪਲਬਧ ਹੈ ਉਹਨਾਂ ਸਾਧਨਾਂ ਦਾ ਇਸਤੇਮਾਲ ਜਿਹੜਾ ਹੈ ਯੂਟੀਲਾਈਜੇਸ਼ਨ ਜਿਹੜੀ ਹੈ ਜਾਂ ਸਾਧਨਾਂ ਦੀ ਜਿਹੜੀ ਯੂਜ਼ ਹੈ ਉਹ ਮੈਕਸੀਮਮ ਨਹੀਂ ਹੋ ਰਿਹਾ। ਅਸੀਂ ਉਹਨਾਂ ਦਾ ਜਿਹੜਾ ਐਕਚੁਅਲ ਜਿਹੜੀ ਪ੍ਰੋਡਕਸ਼ਨ ਜਿੰਨੀ ਹੋ ਸਕਦੀ ਹੈ ਸਾਧਨਾਂ ਦੀ ਵਰਤੋਂ ਕਰਕੇ ਉਹਨਾਂ ਉਤਪਾਦਨ ਜਿਹੜਾ ਹੈ ਉਹ ਨਹੀਂ ਕੀਤਾ ਜਾ ਰਿਹਾ। ਤਾਂ ਇਸਦੇ ਵਿੱਚ ਜਿਹੜੀ ਐਕਚੁਅਲ ਪ੍ਰੋਡਕਸ਼ਨ ਹੈ ਉਹ ਘੱਟ ਹੈ ਅਤੇ ਅਰਥ ਵਿਵਸਥਾ ਦੇ ਵਿੱਚ ਜਾਂ ਫਰਮ ਦੁਆਰਾ ਜਿਹੜਾ ਉਤਪਾਦਨ ਹੈ ਉਹਦੀ ਪੋਟੈਂਸ਼ੀਅਲ ਕੀ ਹੈ ਜਾ। ਤਾਂ ਜੇ ਸਾਧਨਾਂ ਦੇ ਵਿੱਚ ਵਾਧਾ ਹੋਵੇ, ਸਾਧਨ ਹੋਰ ਉਪਲਬਧ ਹੋਣ, ਤਾਂ ਪ੍ਰੋਡਕਸ਼ਨ ਪੋਸੀਬਿਲਿਟੀ ਕਰ ਜਿਹੜੀ ਹੈ ਇਹ ਉੱਪਰ ਨੂੰ ਸ਼ਿਫਟ ਹੋ ਜਾਏਗੀ। ਤਾਂ ਸਾਧਨ ਜ਼ਿਆਦਾ ਹੋਣ, ਪ੍ਰੋਡਕਸ਼ਨ ਜਿਹੜੀ ਹੈ ਕੈਪੀਟਲ ਗੁੱਡਸ ਅਤੇ ਕੰਜ਼ਿਊਮਰ ਗੁੱਡਸ ਦੀ ਜ਼ਿਆਦਾ ਹੋਏਗੀ, ਉਸ ਦੇ ਨਾਲ ਅਰਥ ਵਿਵਸਥਾ ਦੇ ਵਿੱਚ ਨੈਚੁਰਲੀ ਹਾਇਰ ਜਿੰਨੀ ਪ੍ਰੋਡਕਸ਼ਨ ਪੋਸੀਬਿਲਿਟੀ ਕਰ ਹੋਏਗੀ
ਉਨੇ ਹੀ ਗੁਡਸ ਦੀ ਪ੍ਰੋਡਕਸ਼ਨ ਜਿਹੜੀ ਹੈ ਜ਼ਿਆਦਾ ਹੋਏਗੀ, ਸਾਧਨਾਂ ਦੀ ਯੂਟਿਲਿਟੀ ਜ਼ਿਆਦਾ ਹੋਏਗੀ, ਸਾਧਨਾਂ ਦਾ ਵਿਕਾਸ ਵੀ ਹੋਏਗਾ ਜ਼ਿਆਦਾ। ਤਾਂ ਜਿਹੜਾ ਆਉਟਪੁੱਟ ਗੈਪ ਹੈ, ਆਉਟਪੁੱਟ ਗੈਪ ਉਹ ਸ਼ੋ ਹੁੰਦਾ ਹੈ ਕਿ ਕਿੰਨਾ ਪੋਟੈਂਸ਼ੀਅਲ ਹੈ ਆਉਟਪੁੱਟ ਦਾ ਅਤੇ ਕਿੰਨਾ ਐਕਚੁਅਲ ਆਉਟਪੁੱਟ ਹੋ ਰਿਹਾ। ਤਾਂ ਹੁਣ ਜੇ ਏ ਬਿੰਦੂ 'ਤੇ ਉਤਪਾਦਨ ਹੋ ਰਿਹਾ ਹੈ ਜਾਂ ਡੀ ਬਿੰਦੂ 'ਤੇ ਉਤਪਾਦਨ ਹੋ ਰਿਹਾ, ਤਾਂ ਇਹਦਾ ਮਤਲਬ ਐਕਚੁਅਲ ਆਉਟਪੁੱਟ ਘੱਟ ਹੈ। ਲੇਕਿਨ ਜਿਹੜਾ ਪੋਟੈਂਸ਼ੀਅਲ ਆਉਟਪੁੱਟ ਹੈ ਉਹ ਪ੍ਰੋਡਕਸ਼ਨ ਪੋਸਿਬਿਲਿਟੀ ਕਰਕੇ ਕਿਸੇ ਵੀ ਕੰਬੀਨੇਸ਼ਨ ਈ ਅਤੇ ਐਫ 'ਤੇ ਸਾਡੇ ਕੋਲ ਹੈਗਾ, ਤਾਂ ਇਹਦਾ ਮਤਲਬ ਉਤਪਾਦਨ ਅਸੀਂ ਜ਼ਿਆਦਾ ਕਰ ਸਕਦੇ ਹਾਂ। ਲੇਕਿਨ ਐਕਚੁਅਲ ਪ੍ਰੋਡਕਸ਼ਨ ਜਿਹੜਾ ਹੈ ਅਸੀਂ ਏ ਜਾਂ ਡੀ ਬਿੰਦੂ 'ਤੇ ਤਾਂ ਜਿਹੜਾ ਪੋਟੈਂਸ਼ੀਅਲ ਹੈ ਜੀ ਡੀ ਪੀ ਦਾ ਜਾਂ ਆਉਟਪੁੱਟ ਦਾ ਉਹ ਅਸੀਂ ਦੋ ਤਰੀਕਿਆਂ ਦੇ ਨਾਲ ਵਧਾ ਸਕਦੇ ਹਾਂ, ਜਾਂ ਤਾਂ ਤਕਨੀਕ ਦੇ ਵਿੱਚ ਸੁਧਾਰ ਕਰਕੇ ਜਾਂ ਅਸੀਂ ਰਿਸੋਰਸਿਸ ਦੇ ਵਿੱਚ ਹੋਰ ਵਾਧਾ ਕਰਕੇ। ਜੇ ਅਸੀਂ ਰਿਸੋਰਸਿਸ ਦੇ ਵਿੱਚ ਵਾਧਾ ਕਰਦੇ ਹਾਂ ਜਾਂ ਤਕਨੀਕ ਦੇ ਵਿੱਚ ਸੁਧਾਰ ਕਰਦੇ ਹਾਂ ਤਾਂ ਇਹ ਪ੍ਰੋਡਕਸ਼ਨ ਪੋਸੀਬਿਲਿਟੀ ਕਰ ਜਿਹੜੀ ਹੈ ਉਹ ਉੱਪਰਲੇ ਪਾਸੇ ਨੂੰ ਕੀ ਕੀਤੀ ਜਾ ਸਕਦੀ ਹੈ, ਆਪਣੇ ਸ਼ਿਫਟ ਕੀਤੀ ਜਾ ਸਕਦੀ। ਹੁਣ ਅਸੀਂ ਡਿਸਕਸ ਕਰਨਾ ਹੈ ਇੱਕ ਹੋਰ ਕੰਸੈਪਟ, ਜਿੱਥੇ ਜਿਸ ਤਰ੍ਹਾਂ ਅਸੀਂ ਪਹਿਲਾਂ ਇਕਨੋਮਿਕ ਮਾਡਲ ਦੀ ਗੱਲ ਕੀਤੀ ਹੈ ਜਾਂ ਅਸੀਂ ਗਰੋਥ ਰੇਟ ਦੀ ਗੱਲ ਕੀਤੀ ਹੈ। ਮੈਂ ਥੋੜ੍ਹੇ ਤੱਕ ਤੁਹਾਨੂੰ ਦੱਸਿਆ ਸੀਗਾ ਕਿ ਕਿਸੇ ਵੀ ਦੇਸ਼ ਦੇ ਲਈ ਆਰਥਿਕ ਵਿਕਾਸ ਦਾ ਪਤਾ ਹੋਣਾ ਕਿਵੇਂ ਕਿਉਂ ਜ਼ਰੂਰੀ ਹੈ। ਇਸ ਦੀ ਜਿਹੜੀ ਮਹੱਤਤਾ ਹੈ ਉਹ ਕਿਸੇ ਵੀ ਕੰਟਰੀ ਦੇ ਲਈ ਜਾਂ ਕਿਸੇ ਵੀ ਸੈਕਟਰ ਦੇ ਲਈ ਕਿਸੇ ਵੀ ਰੀਜਨ ਦੇ ਲਈ ਕਿਉਂ ਜ਼ਰੂਰੀ ਹੈ। ਤਾਂ ਕਿਸ ਦਰ ਦੇ ਨਾਲ ਗਰੋਥ ਨੈਸ਼ਨਲ ਇਨਕਮ ਦੇ ਵਿੱਚ ਵਾਧਾ ਹੋ ਰਿਹਾ ਜਾਂ ਜੀ ਡੀ ਪੀ ਦੇ ਵਿੱਚ ਵਾਧਾ ਹੋ ਰਿਹਾ ਉਹ ਅਸੀਂ ਉਸਨੂੰ ਕੀ ਕਹਿੰਦੇ ਹਾਂ, ਗਰੋਥ ਰੇਟ ਕਹਿੰਦੇ ਹਾਂ। ਤਾਂ ਕਈ ਦੇਸ਼ਾਂ ਦੇ ਵਿੱਚ ਜਿਹੜੀ ਗਰੋਥ ਰੇਟ ਹੈ ਬਹੁਤ ਮਿਰੇਕਲ ਇਨਕਰੀਜ ਹੋਇਆ, ਜਿਸ ਤਰ੍ਹਾਂ ਇਕਨੋਮਿਕ ਗਰੋਥ ਜਪਾਨ ਦੇ ਵਿੱਚ ਡਿਊਰਿੰਗ ਪੋਸਟ ਵਰਲਡ ਵਾਰ ਪੀਰੀਅਡ ਮਤਲਬ ਦੂਸਰੇ ਯੁੱਧ ਤੋਂ ਬਾਅਦ ਬਹੁਤ ਤੇਜ਼ੀ ਨਾਲ ਵਧਿਆ। ਤਾਂ ਪਿਛਲੇ 20 ਸਾਲਾਂ ਦੇ ਵਿੱਚ ਤਾਂ ਮਤਲਬ ਪੋਸਟ ਵਰਲਡ ਵਾਰ ਤੋਂ ਬਾਅਦ ਕਾਫੀ ਤੇਜ਼ੀ ਨਾਲ ਵਧਿਆ। ਲੇਕਿਨ ਕੁਛ ਆਰਥਿਕ ਕ੍ਰਾਈਸਿਸ ਜਿਹੜੀਆਂ ਆਰਥਿਕ ਸੰਕਟ ਦੇ ਕਾਰਨ ਜਪਾਨ ਦੇ ਵਿੱਚ ਆਰਥਿਕ ਵਿਕਾਸ ਦੇ ਵਿੱਚ ਕਾਫੀ ਉਤਾਰ ਚੜਾਅ ਆਏ ਅਤੇ ਪਾਪੂਲੇਸ਼ਨ ਦਾ ਸਾਈਜ਼ ਜਿਹੜਾ ਹੈ ਘੱਟ ਗਿਆ ਅਤੇ ਇਹਦੇ ਕਾਰਨ ਸੀਗੇ ਕਿ ਪਾਪੂਲੇਸ਼ਨ ਦਾ ਸਾਈਜ਼ ਜਿਹੜਾ ਘੱਟ ਗਿਆ ਅਤੇ ਪਬਲਿਕ ਡੈਟ ਜਿਹੜੀ ਹੈ ਮਤਲਬ ਕਿ ਸਾਰਵਿਕ ਜਿਹੜਾ ਕਰਜ਼ਾ ਹੈ ਉਹ ਕਾਫੀ ਜ਼ਿਆਦਾ ਹੋ ਗਿਆ। ਇਸੇ ਤਰ੍ਹਾਂ ਅਰਜਨਟੀਨਾ ਜਿਹੜਾ ਕਿ ਇੱਕ ਲੈਟਿਨ ਅਮਰੀਕਨ ਕੰਟਰੀ ਹੈ ਇਹ ਰਿਚ ਸੀਗਾ ਕਈ ਕੰਟਰੀਜ਼ ਦੇ ਨਾਲੋਂ, ਜਿਵੇਂ ਆਸਟ੍ਰੇਲੀਆ, ਕੈਨੇਡਾ, ਫਰਾਂਸ, ਮਤਲਬ ਕਿ 20 ਸੈਂਚਰੀ ਦੇ ਸ਼ੁਰੂ ਦੇ ਵਿੱਚ ਇਹ ਅਰਜਨਟੀਨਾ ਇਹਨਾਂ ਦੇਸ਼ਾਂ ਦੇ ਨਾਲ ਆਸਟ੍ਰੇਲੀਆ, ਕੈਨੇਡਾ ਅਤੇ ਫਰਾਂਸ ਦੇ ਨਾਲ ਜ਼ਿਆਦਾ ਵਿਕਸਿਤ ਸੀਗਾ, ਜ਼ਿਆਦਾ ਰਿਚ ਸੀਗਾ ਅਤੇ ਅਰਜਨਟੀਨਾ ਦੇ ਵਿੱਚ ਨੈਚੁਰਲ ਰਿਸੋਰਸਿਸ ਜਿਹੜੇ ਨੇ ਕੁਦਰਤੀ ਸਾਧਨ ਬਹੁਤ ਜ਼ਿਆਦਾ ਪਾਏ ਜਾਂਦੇ, ਸਪੈਸ਼ਲੀ ਇਨ ਦਾ ਏਰੀਆਜ ਆਫ ਐਗਰੀਕਲਚਰ ਐਂਡ ਐਨਰਜੀ ਖੇਤੀਬਾੜੀ ਅਤੇ ਸ਼ਕਤੀ ਦੇ ਸਾਧਨਾਂ ਦੇ ਵਿੱਚ। 1900
2013 ਦੇ ਵਿੱਚ ਅਰਜਨਟੀਨਾ ਦੀ ਪਰ ਕੈਪਟਾ ਇਨਕਮ ਜਿਹੜੀ ਹੈ ਉਹ 3,797 ਅਮਰੀਕਨ ਡਾਲਰ ਸੀ, ਜਦੋਂ ਕਿ ਫਰਾਂਸ ਦੇ ਵਿੱਚ ਜਿਹੜੀ ਪਰ ਕੈਪਟਾ ਇਨਕਮ 3,452 ਅਮਰੀਕਨ ਡਾਲਰ ਸੀ ਅਤੇ ਜਰਮਨ ਦੀ ਜਿਹੜੀ ਪਰ ਕੈਪਟਾ ਇਨਕਮ ਹੈ 3,134 ਅਮਰੀਕਨ ਡਾਲਰ ਸੀ। ਤਾਂ ਕਹਿਣ ਦਾ ਮਤਲਬ ਜਰਮਨ ਅਤੇ ਫਰਾਂਸ ਦੇ ਨਾਲੋਂ ਅਰਜਨਟੀਨਾ ਦੀ ਜਿਹੜੀ ਪਰ ਕੈਪਟਾ ਇਨਕਮ ਹੈ ਜ਼ਿਆਦਾ ਸੀ। ਲੇਕਿਨ ਇੰਟਰਨੈਸ਼ਨਲ ਮੋਨਿਟਰੀ ਫੰਡ ਅੰਤਰਰਾਸ਼ਟਰੀ ਮੁਦਰਾ ਕੋਸ਼ ਦੇ ਅਨੁਸਾਰ 2019 ਦੇ ਵਿੱਚ ਜਿਹੜੀ ਅਰਜਨਟੀਨਾ ਦੀ ਪਰ ਕੈਪਟਾ ਇਨਕਮ 9,887 ਅਮਰੀਕਨ ਡਾਲਰ ਹੋ ਗਈ, ਜਦੋਂ ਕਿ ਫਰਾਂਸ ਦੀ 41,000 ਮਤਲਬ ਲਗਭਗ 4 ਗੁਣਾ ਤੋਂ ਵੀ ਜ਼ਿਆਦਾ 41,760 ਅਮਰੀਕਨ ਡਾਲਰ ਹੋ ਗਈ ਅਤੇ ਜਰਮਨ ਦੀ 46,563 ਪਿਛਲੇ ਕਈ ਸਾਲਾਂ ਤੋਂ ਅਰਜਨਟੀਨਾ ਦੀ ਪਰ ਕੈਪਟਾ ਇਨਕਮ ਦੇ ਨਾਲੋਂ ਕਾਫੀ ਜ਼ਿਆਦਾ। ਤਾਂ ਜਿਹੜੇ ਕੁਛ ਇਕੋਨੋਮਿਸਟ ਨੇ ਉਹ ਇਸ ਅਰਜਨਟੀਨਾ ਦੇ ਵਿੱਚ ਦੀ ਗਰੋਥ ਰੇਟ ਦੇ ਵਿੱਚ ਜਿਹੜੀ ਸਥਿਰਤਾ ਹੈ, ਸਟੈਗਨੇਸ਼ਨ ਹੈ, ਗਤੀਹੀਨਤਾ ਹੈ, ਉਹਦੇ ਕਈ ਕਾਰਨ ਦੱਸਦੇ ਹਨ, ਜਿਸ ਦੇ ਵਿੱਚ ਇੱਕ ਕਾਰਨ ਹੈ ਪੋਲੀਟੀਕਲ ਇਨਸਟੇਬਿਲਿਟੀ ਕਿ ਅਰਜਨਟੀਨਾ ਦੇ ਵਿੱਚ ਰਾਜਨੀਤਿਕ ਅਸਥਿਰਤਾ ਆਈ ਅਤੇ ਤਕਨੀਕੀ ਤੌਰ 'ਤੇ ਇਸਦੇ ਵਿੱਚ ਪ੍ਰਗਤੀ ਨਹੀਂ ਹੋਈ ਅਤੇ ਅਡੇਰੈਂਸ ਟੂ ਦਾ ਡਿਵੈਲਪਮੈਂਟ ਸਟ੍ਰੈਟਜੀ ਆਫ ਇੰਪੋਰਟ ਸਬਸਟੀਟਿਊਸ਼ਨ। ਤਾਂ ਉਹਨਾਂ ਨੇ ਕੀ ਕੀਤਾ ਕਿ ਜਿਹੜੇ ਦੂਸਰੇ ਦੇਸ਼ਾਂ ਤੋਂ ਜਿਹੜੀ ਵਸਤੂਆਂ ਅਸੀਂ ਆਯਾਤ ਕਰਨਾ ਹੈ ਉਸਦਾ ਸਬਸਟੀਚਿਊਟ ਕਰਨਾ, ਉਸ 'ਤੇ ਸਟਿੱਕ ਰਹੇ, ਉਸ 'ਤੇ ਆਪਣੀ ਜਿੱਦ ਫੜੀ ਰਹੇ, ਇਸ 'ਤੇ ਜ਼ੋਰ ਨਹੀਂ ਦਿੱਤਾ ਕਿ ਐਕਸਪੋਰਟ ਦੇ ਵਿੱਚ ਵਾਧਾ ਜਿਹੜਾ ਹੈ ਕਿਵੇਂ ਕਰਨਾ, ਜਿਸ ਦੇ ਕਾਰਨ ਇਸ ਦੇਸ਼ ਦੇ ਵਿੱਚ ਜਿਹੜੀ ਹੈ ਇਨਫਲੇਸ਼ਨ ਆ ਗਈ, ਕੀਮਤਾਂ ਦੇ ਵਿੱਚ ਵਾਧਾ ਹੋ। ਤਾਂ ਮਤਲਬ ਇਹ ਜ਼ਰੂਰੀ ਨਹੀਂ ਹੈ ਕਿ ਜਿਸ ਦੇਸ਼ ਦੇ ਵਿੱਚ ਇੱਕ ਵਾਰੀ ਇੱਕ ਦੇਸ਼ ਦੂਸਰੇ ਦੇਸ਼ ਨਾਲੋਂ ਜੇ ਰਿਚ ਹੈ ਉਹਦੇ ਵਿੱਚ ਗਰੋਥ ਰੇਟ ਜ਼ਿਆਦਾ ਹੈ ਤਾਂ ਉਹ ਇਸ ਤਰ੍ਹਾਂ ਹੀ ਰਹੇਗਾ। ਤਾਂ ਕੋਈ ਵੀ ਦੇਸ਼ ਦੂਸਰੇ ਦੇਸ਼ ਨਾਲੋਂ ਜੇ ਪਹਿਲਾਂ ਵਿਕਸਿਤ ਸੀਗਾ ਤਾਂ ਕਿਸੇ ਹੋਰ ਸਮੇਂ 'ਤੇ ਉਹ ਜੇ ਤੇਜ਼ੀ ਦੇ ਨਾਲ ਵਿਕਾਸ ਕਰੇ ਤਾਂ ਆਪਣੀ ਪੋਲਿਸੀ ਦੇ ਵਿੱਚ ਚੇਂਜ ਕਰ ਲਏ, ਉਸਦੇ ਵਿੱਚ ਵਿਕਾਸ ਜਿਹੜਾ ਹੈ ਕਿਸੇ ਹੋਰ ਦੇਸ਼ ਦੇ ਨਾਲੋਂ ਜ਼ਿਆਦਾ ਹੋ ਸਕਦਾ। ਇਸ ਤਰ੍ਹਾਂ ਹੀ ਇੱਕ ਉਦਾਹਰਣ ਅਸੀਂ ਇੰਡੀਆ ਅਤੇ ਚਾਈਨਾ ਦੀ ਦੇ ਸਕਦੇ ਹਾਂ। ਤਾਂ 1990 ਤੱਕ ਚਾਈਨਾ ਅਤੇ ਇੰਡੀਆ ਦੀ ਜਿਹੜੀ ਪਰ ਕੈਪਟਾ ਜੀ ਡੀ ਪੀ ਪਰ ਕੈਪਟਾ ਹੈ ਇੰਡੀਆ ਦੀ ਅਤੇ ਚਾਈਨਾ ਦੀ ਉਹ ਲਗਭਗ ਸੇਮ ਸੀ। 1990 ਦੇ ਵਿੱਚ ਇੰਡੀਆ ਦੀ ਜਿਹੜੀ ਪਰ ਕੈਪਟਾ ਇਨਕਮ ਹੈ ਉਹ $367 ਸੀ ਅਤੇ ਚਾਈਨਾ ਦੀ ਜਿਹੜੀ ਸੀਗੀ ਉਹ 318 ਸੀ। ਮਤਲਬ ਇੰਡੀਆ ਦੀ ਜਿਹੜੀ ਪਰ ਕੈਪਟਾ ਇਨਕਮ ਹੈ ਉਹ ਚਾਈਨਾ ਦੇ ਨਾਲੋਂ ਵੀ ਜ਼ਿਆਦਾ। ਲੇਕਿਨ ਉਸ ਤੋਂ ਬਾਅਦ ਚਾਈਨਾ ਦੇ ਵਿੱਚ ਜਿਹੜੀ ਵਿਕਾਸ ਦੀ ਦਰ ਹੈ ਉਹ ਇੰਡੀਆ ਦੇ ਨਾਲੋਂ ਕਾਫੀ ਤੇਜ਼ੀ ਦੇ ਨਾਲ ਆਈ, ਉਹਨਾਂ ਦੀ ਪੋਲਿਸੀ ਦੇ ਕਾਰਨ ਅਤੇ ਬਹੁਤ ਸਾਰੇ ਹੋਰ ਫੈਕਟਰਸ। 2018 ਦੇ ਵਿੱਚ ਜੀ ਡੀ ਪੀ ਜਿਹੜੀ ਇੰਡੀਆ ਦੀ ਹੈ ਉਹ
20% ਰਹਿ ਗਈ ਚਾਈਨਾ ਦੇ ਨਾਲ। ਇੰਡੀਆ ਦੀ ਪਰ ਕੈਪਟਾ ਇਨਕਮ ਜਿਹੜੀ ਹੈ 2018 ਦੇ ਵਿੱਚ ਉਹ $2,010 ਸੀ, ਜਦੋਂ ਕਿ ਚਾਈਨਾ ਦੀ 9,707। ਮਤਲਬ ਕਿ ਚਾਈਨਾ ਦੀ ਜਿਹੜੀ ਪਰ ਕੈਪਟਾ ਇਨਕਮ ਹੈ ਉਹ ਇੰਡੀਆ ਦੇ ਨਾਲੋਂ ਲਗਭਗ 5 times ਜਿਹੜੀ ਹੈ ਉਹ ਜ਼ਿਆਦਾ। ਤਾਂ ਜੇ ਅਸੀਂ ਪਰ ਕੈਪਟਾ ਇਨਕਮ ਇੰਡੀਆ ਅਤੇ ਚਾਈਨਾ ਦੀ ਪਰਚੇਜਿੰਗ ਪਾਵਰ ਪੈਰਿਟੀ ਦੀ ਗੱਲ ਕਰੀਏ ਤਾਂ ਪਰ ਕੈਪਟਾ GDP ਚਾਈਨਾ ਦੀ ਜਿਹੜੀ ਹੈ ਨੈਚੁਰਲੀ ਜ਼ਿਆਦਾ ਹੋਊਗੀ, ਤਾਂ ਪਰਚੇਜਿੰਗ ਪਾਵਰ ਵੀ ਉਹਨਾਂ ਦੀ ਕੀ ਹੋਵੇਗੀ ਜ਼ਿਆਦਾ। ਤਾਂ ਸਾਨੂੰ ਇਸ ਦੇ ਬਾਰੇ ਵੀ ਅਵੇਅਰ ਹੋਣਾ ਪਏਗਾ। ਰੂਲ ਆਫ 70 ਕੀ ਹੈ? ਇਹ ਇੰਡੀਕੇਟ ਕਰਦਾ ਹੈ ਕਿ ਕਿੰਨੇ ਸਾਲ ਜਿਹੜੇ ਨੇ ਇਹ ਮੁਦਰਾ ਨੂੰ ਡਾਊਨ ਹੋਣ ਦੇ ਵਿੱਚ ਲੱਗ ਗਏ। ਜੇ ਅਸੀਂ 100 rupees ਬਚਤ ਕਰਦੇ ਹਾਂ ਕਿਸੇ ਬੈਂਕ ਦੇ ਵਿੱਚ, ਜੇ ਰੇਟ ਆਫ ਇੰਟਰਸਟ ਜਿਹੜਾ ਹੈ, ਮਤਲਬ 100 rupees ਕਰ ਲਈਏ ਜਾਂ 1000 rupees ਕਰ ਲਈਏ, ਜੇ 1% ਵਿਆਜ ਦੀ ਦਰ ਹੋਵੇ ਪ੍ਰਤੀ ਵਰਸ਼, ਅਤੇ ਤਾਂ ਸਾਨੂੰ 70 years ਜਿਹੜੇ ਨੇ ਪੈਸੇ ਨੂੰ ਡਬਲ ਕਰਨ ਦੇ ਵਿੱਚ, ਮਤਲਬ 1000 to 2000 ਜਾਂ 100 to 200 rupees ਬਣਾਉਣ ਦੇ ਲਈ 70 years ਹੈ। ਅਤੇ ਜੇ ਰੇਟ ਆਫ ਇੰਟਰਸਟ 7% ਹੋਵੇ ਤਾਂ ਇਸਨੂੰ 10 years ਲੱਗਣਗੇ ਪੈਸੇ ਡਬਲ ਹੋਣ ਦੇ ਵਿੱਚ। ਤਾਂ ਜਿਹੜਾ ਇਸਦਾ ਫਾਰਮੂਲਾ ਹੈ ਕਿ ਜੇ 70 ਨੂੰ ਅਸੀਂ ਰੇਟ ਆਫ ਇੰਟਰਸਟ ਦੇ ਨਾਲ ਡਿਵਾਈਡ ਕਰੀਏ ਤਾਂ ਉਹ ਸਾਨੂੰ ਪਤਾ ਲੱਗ ਜਾਏਗਾ ਕਿ ਕਿੰਨੇ ਸਾਲ ਸਾਨੂੰ ਪੈਸੇ ਨੂੰ ਡਬਲ ਕਰਨ ਦੇ ਵਿੱਚ ਲੱਗਣਗੇ। ਤਾਂ ਇਸੇ ਤਰ੍ਹਾਂ ਸੇਮ ਰੂਲ ਅਸੀਂ ਅਪਲਾਈ ਕਰ ਸਕਦੇ ਹਾਂ GDP ਦੇ ਵਿੱਚ ਵੀ, ਪਰ ਕੈਪਟਾ ਇਨਕਮ ਵੀ ਕੰਟਰੀ ਦੇ। ਜੇ ਪਰ ਕੈਪਟਾ ਇਨਕਮ ਕਿਸੇ ਕੰਟਰੀ ਦਾ 5% ਦੀ ਦਰ ਨਾਲ ਵੱਧ ਰਿਹਾ, 5% ਦੀ ਦਰ ਨਾਲ ਕਿਸੇ ਕੰਟਰੀ ਦੀ ਪਰ ਕੈਪਟਾ GDP ਇਨਕਰੀਜ਼ ਹੋ ਰਹੀ, ਤਾਂ ਇਸਨੂੰ 14 years ਲੱਗਣਗੇ ਉਸ ਕੰਟਰੀ ਦੀ ਪਰ ਕੈਪਟਾ ਇਨਕਮ ਨੂੰ ਡਬਲ ਹੋਣ ਦੇ ਵਿੱਚ। ਜੇ ਗਰੋਥ ਰੇਟ ਪਰ ਕੈਪਟਾ ਇਨਕਮ 10% ਹੈ ਤਾਂ ਉਸ ਕੰਟਰੀ ਨੂੰ 7 years ਲੱਗਣਗੇ ਪਰ ਕੈਪਟਾ ਇਨਕਮ ਨੂੰ ਡਬਲ ਕਰਨ ਦੇ। ਅਸੀਂ ਜੇ 2 countries A ਅਤੇ B ਨੂੰ ਕੰਪੇਅਰ ਕਰੀਏ, ਦੋਨਾਂ ਦੀ ਪਰ ਕੈਪਟਾ ਇਨਕਮ ਜੇ ਸੇਮ ਹੋਵੇ, GDP ਸੇਮ ਹੋਵੇ, ਜਿਸ ਤਰ੍ਹਾਂ ਅਸੀਂ ਇੰਡੀਆ ਅਤੇ ਚਾਈਨਾ ਦੀ ਗੱਲ ਕਰ ਰਹੇ ਸੀ, ਜਾਂ ਅਸੀਂ ਮੰਨ ਲਈਏ ਕਿ 1-2 countries ਨੇ A ਅਤੇ B, ਦੋਨਾਂ ਦੀ ਜਿਹੜੀ GDP ਹੈ ਪਰ ਕੈਪਟਾ GDP 1000 rupees। ਅਸੀਂ ਇਹ ਅਜ਼ੂਮ ਕਰੀਏ ਕਿ ਇਹ ਕੰਟਰੀ ਦੀ ਪਰ ਕੈਪਟਾ ਇਨਕਮ ਜਿਹੜੀ ਹੈ ਉਹ 5% ਦੀ ਦਰ ਨਾਲ ਵੱਧ ਰਹੀ ਹੈ, ਅਤੇ ਬੀ ਕੰਟਰੀ ਦੀ ਪਰ ਕੈਪਟਾ ਇਨਕਮ ਜਿਹੜੀ ਹੈ 10% ਦੀ ਦਰ ਨਾਲ ਵੱਧ ਰਹੀ ਹੈ। ਤਾਂ ਜੇ ਅਸੀਂ ਟਾਈਮ ਸਪੈਂਡ 28 years ਮੰਨੀਏ, 28 years ਜਿਹੜੇ ਲੱਗਣਗੇ, ਤਾਂ ਪਰ ਕੈਪਟਾ GDP ਆਫ ਕੰਟਰੀ ਏ ਉਹ 1000 ਤੋਂ ਵੱਧ ਕੇ 4000 ਹੋ ਜਾਏਗੀ 28 years ਬਾਅਦ, ਅਤੇ ਬੀ ਕੰਟਰੀ ਦੀ ਜਿਹੜੀ ਹੈ ਉਹ 8000 rupees ਹੋ ਜਾਏਗੀ 28 years ਬਾਅਦ, ਮਤਲਬ ਕਿ ਨੈਚੁਰਲੀ ਡਬਲ ਹੋ ਜਾਏਗੀ। ਤਾਂ ਕਿਸ ਦਰ ਦੇ ਨਾਲ ਇੱਕ ਕੰਟਰੀ ਜਿਹੜਾ ਹੈ ਉਹ ਗਰੋਥ ਕਰ ਰਿਹਾ, ਉਹ ਗਰੋਥ ਕਿਵੇਂ ਕਰੇਗਾ ਉਸ ਕੰਟਰੀ ਦੀ ਜਿਹੜੀਆਂ ਪੋਲਿਸੀਸ 'ਤੇ ਡਿਪੈਂਡ ਕਰ। ਤਾਂ ਇਕਨੋਮਿਕ ਗਰੋਥ ਇੰਪੋਰਟੈਂਟ ਹੈ ਕਿਉਂਕਿ ਸਾਨੂੰ ਇਹ ਪਤਾ ਲੱਗਦਾ ਕਿ ਕਿਸ ਤਰ੍ਹਾਂ ਇੱਕ ਦੇਸ਼ ਦੇ ਲੋਕਾਂ ਦੀ ਆਮਦਨ ਦੇ ਵਿੱਚ ਵਾਧਾ ਹੁੰਦਾ।
ਜੇ ਕੰਟਰੀ ਦੇ ਲੋਕਾਂ ਦੀ ਕੰਟਰੀ ਦੀ ਇਨਕਮ ਵਧੇਗੀ, ਪਰ ਕੈਪਟਾ ਇਨਕਮ ਵਧੇਗੀ, ਤਾਂ ਉਸਦੇ ਨਾਲ ਕੀ ਹੋਏਗਾ, ਜੇ ਇਨਕਮ ਜ਼ਿਆਦਾ ਹੋਏਗੀ ਤਾਂ ਕੰਜਮਪਸ਼ਨ ਜ਼ਿਆਦਾ ਹੋਏਗੀ, ਉਪਭੋਗ ਜ਼ਿਆਦਾ ਹੋਏਗਾ, ਸੇਵਿੰਗਸ ਉਹਨਾਂ ਦੀ ਜ਼ਿਆਦਾ ਹੋਏਗੀ, ਅਤੇ ਕੰਜਮਪਸ਼ਨ ਜ਼ਿਆਦਾ ਹੋਏਗੀ ਫਿਰ ਪ੍ਰੋਡਕਸ਼ਨ ਜ਼ਿਆਦਾ ਹੋਏਗੀ, ਸੇਵਿੰਗ ਜ਼ਿਆਦਾ ਹੋਏਗੀ ਤਾਂ ਇਨਵੈਸਟਮੈਂਟ ਜ਼ਿਆਦਾ ਹੋਏਗੀ ਅਤੇ ਕੈਪੀਟਲ ਫੋਰਮੇਸ਼ਨ ਜਿਹੜੀ ਹੈ ਜ਼ਿਆਦਾ ਹੋਏਗੀ। ਅਤੇ ਗੌਰਮੈਂਟ ਨੂੰ ਜਦੋਂ ਲੋਕੀ ਦੀ ਇਨਕਮ ਜ਼ਿਆਦਾ ਹੋਏਗੀ, ਲੋਕੀ ਖਰਚ ਜ਼ਿਆਦਾ ਕਰਨਗੇ, ਤਾਂ ਸਰਕਾਰ ਦੀ ਇਨਕਮ ਵੀ ਕੀ ਹੋਏਗੀ, ਜ਼ਿਆਦਾ ਹੋਏਗੀ। ਅਤੇ ਜਦੋਂ ਜੀ ਡੀ ਪੀ ਦੇ ਵਿੱਚ ਵਾਧਾ ਹੋਏਗਾ ਤਾਂ ਉਸਦੇ ਕੇਸ ਦੇ ਵਿੱਚ ਜਿਹੜੀ ਅਨਇੰਪਲੋਇਮੈਂਟ ਹੈ ਉਹ ਕੀ ਹੈ, ਘੱਟ, ਜ਼ਿਆਦਾ ਲੋਕਾਂ ਨੂੰ ਕੀ ਹੋਏਗਾ, ਰੁਜ਼ਗਾਰ ਮਿਲੇਗਾ। ਤਾਂ ਜਿਹੜਾ ਗੌਰਮੈਂਟ ਐਕਸਪੈਂਡੀਚਰ ਹੈ ਉਹ ਵੀ ਜ਼ਿਆਦਾ ਹੋਏਗਾ, ਨੈਚੁਰਲੀ ਗੌਰਮੈਂਟ ਨੂੰ ਜੇ ਇਨਕਮ ਜ਼ਿਆਦਾ ਟੈਕਸ ਦੇ ਰੂਪ ਵਿੱਚ, ਗੌਰਮੈਂਟ ਖਰਚ ਜ਼ਿਆਦਾ ਕਰੇਗੀ। ਜੇ ਗੌਰਮੈਂਟ ਖਰਚ ਜ਼ਿਆਦਾ ਕਰੇਗੀ ਤਾਂ ਜਿਹੜੀਆਂ ਪਬਲਿਕ ਸਰਵਿਸਿਸ ਨੇ, ਪਬਲਿਕ ਸਰਵਿਸ ਜਿਸ ਤਰ੍ਹਾਂ ਟਰਾਂਸਪੋਰਟੇਸ਼ਨ ਹੈ, ਕਮਿਊਨੀਕੇਸ਼ਨ ਦੀਆਂ ਫੈਸਿਲਿਟੀਜ਼ ਨੇ, ਹੈਲਥ ਫੈਸਿਲਿਟੀਜ਼ ਨੇ, ਐਜੂਕੇਸ਼ਨ ਫੈਸਿਲਿਟੀਜ਼ ਨੇ, ਉਹ ਵੀ ਕੀ ਹੋਣਗੀਆਂ, ਜ਼ਿਆਦਾ। ਤਾਂ ਫਿਰ ਦੋ ਕੰਸੈਪਟ ਹੈ ਇਹਦੇ ਵਿੱਚ ਜਿਹੜੀ ਕਿ ਅਸੀਂ ਮੈਕਰੋ ਇਕਨੋਮਿਕਸ ਵਿੱਚ ਸਟੱਡੀ ਕਰਦੇ ਹਾਂ, ਇੱਕ ਇਕਨੋਮਿਕ ਗਰੋਥ ਹੈ, ਇੱਕ ਇਕਨੋਮਿਕ ਡਿਵੈਲਪਮੈਂਟ ਹੈ। ਇਕਨੋਮਿਕ ਗਰੋਥ ਜਿਹੜਾ ਹੈ ਉਹ ਸਾਨੂੰ ਦੱਸਦਾ ਹੈ ਕਿ ਜੀ ਡੀ ਪੀ ਦੇ ਵਿੱਚ ਵਾਧਾ, ਅਤੇ ਗਰੋਸ ਡੋਮੈਸਟਿਕ ਪ੍ਰੋਡਕਟ ਦੇ ਵਿੱਚ, ਨੈਸ਼ਨਲ ਇਨਕਮ ਦੇ ਵਿੱਚ ਵਾਧਾ। ਲੇਕਿਨ ਜਿਹੜਾ ਇਕਨੋਮਿਕ ਡਿਵੈਲਪਮੈਂਟ ਹੈ, ਆਰਥਿਕ ਵਿਕਾਸ ਹੈ, ਉਹ ਇੱਕ ਵਿਸ਼ਾਲ ਧਾਰਨਾ ਹੈ। ਤਾਂ ਇਕਨੋਮਿਕ ਡਿਵੈਲਪਮੈਂਟ ਦੇ ਵਿੱਚ, ਆਰਥਿਕ ਵਿਕਾਸ ਦੇ ਵਿੱਚ ਅਸੀਂ ਕਈ ਜਿਹੜੀਆਂ ਬੇਸਿਕ ਫੈਸਿਲਿਟੀਜ਼ ਨੇ, ਜਿਸ ਤਰ੍ਹਾਂ ਕਿ ਹੈਲਥ ਹੈ, ਐਜੂਕੇਸ਼ਨ ਹੈ, ਇਲੈਕਟ੍ਰੀਸਿਟੀ ਹੈ, ਪੀਣ ਵਾਲਾ ਪਾਣੀ ਹੈ, ਇਹਨਾਂ ਨੂੰ ਡਿਸਕਸ ਕਰਦੇ ਨੇ। ਫਿਰ ਪਾਵਰਟੀ ਜਿਹੜੀ ਹੈ ਘਟੀ ਹੈ, ਵਧੀ ਹੈ, ਤਾਂ ਇਹ ਇੰਪਰੂਵਮੈਂਟ ਜਿਹੜੀ ਹੈ, ਇਹ ਵਿਕਾਸ, ਇਹ ਸੁਧਾਰ ਤਾਂ ਹੀ ਸੰਭਵ ਹੈ ਜੇ ਦੇਸ਼ ਦੇ ਵਿੱਚ ਜਿਹੜਾ ਇਕਨੋਮਿਕ ਗਰੋਥ। ਤਾਂ ਉਸ ਦ੍ਰਿਸ਼ਟੀਕੋਣ ਤੋਂ ਜਿਹੜਾ ਇਕਨੋਮਿਕ ਗਰੋਥ ਦੀ ਜਿਹੜੀ ਇੰਪੋਰਟੈਂਸ ਹੈ, ਕਿਸੇ ਵੀ ਕੰਟਰੀ ਦੇ ਲਈ, ਕਿਸੇ ਵੀ ਕੰਟਰੀ ਦੀ ਲਈ ਬਹੁਤ ਜ਼ਰੂਰੀ ਹੈ, ਉਹਨਾਂ ਸਪੈਸ਼ਲੀ ਪੋਲਿਸੀ ਮੇਕਰਸ ਹੈ। ਹੁਣ ਅਸੀਂ ਡਿਸਕਸ ਕਰਦੇ ਹਾਂ ਇਨਫਲੇਸ਼ਨ ਐਂਡ ਅਨਇੰਪਲਾਇਮੈਂਟ ਦਾ ਜਿਹੜਾ ਕੰਸੈਪਟ। ਇਨਫਲੇਸ਼ਨ ਕੀ ਹੁੰਦੀ ਹੈ? ਪਰਸਿਸਟੈਂਟ ਐਂਡ ਐਪਰੀਸ਼ੀਏਬਲ ਰਾਈਜ਼ ਇਨ ਪ੍ਰਾਈਸਿਸ। ਜਦੋਂ ਕੀਮਤਾਂ ਵਿੱਚ ਲਗਾਤਾਰ ਅਤੇ ਕਾਫੀ ਮਾਤਰਾ ਦੇ ਵਿੱਚ ਵਾਧਾ ਹੋਵੇ ਤਾਂ ਇਸ ਨੂੰ ਅਸੀਂ ਇਨਫਲੇਸ਼ਨ ਕਹਿੰਦੇ, ਮੁਦਰਾ ਸਫੀਤੀ ਕਹਿੰਦੇ। ਤਾਂ ਇਨਫਲੇਸ਼ਨ ਜਿਹੜਾ ਹੈ ਇੱਕ ਮੈਕਰੋ ਇਕਨੋਮਿਕ ਕਨਸੈਪਟ ਹੈ। ਇਸਦਾ ਜਿਹੜਾ ਸੰਬੰਧ ਹੈ ਕਿਸੇ ਇੱਕ ਵਸਤੂ ਦੀ ਕੀਮਤ ਦੇ ਵਿੱਚ ਵਾਧੇ ਨਾਲ ਨਹੀਂ ਹੈਗਾ, ਕਿਸੇ ਇੱਕ ਖੇਤਰ ਦੀ ਵਿੱਚ ਕੀਮਤ ਦੇ ਵਿੱਚ ਵਾਧਾ ਦਾ ਨਹੀਂ ਹੈਗਾ, ਕੁਛ ਵਸਤੂਆਂ ਦੇ ਛੋਟੇ ਗਰੁੱਪ ਦੇ ਵਿੱਚ ਕੀਮਤਾਂ ਵਿੱਚ ਵਾਧੇ ਦੇ ਨਾਲ ਨਹੀਂ ਹੈਗਾ। ਇਸਦਾ ਸੰਬੰਧ ਜਿਹੜਾ ਹੈ ਉਹ ਜਨਰਲ ਲੈਵਲ ਦੇ ਨਾਲ, ਮਤਲਬ ਕਿ ਜਨਰਲ ਪ੍ਰਾਈਸ ਲੈਵਲ ਜਿਹੜਾ, ਸਾਮਾਨਯ ਕੀਮਤ ਦੇ ਵਿੱਚ ਜਦੋਂ ਵਾਧਾ ਹੁੰਦਾ ਸਾਰੀ ਵਸਤੂਆਂ ਦੇ ਵਿੱਚ, ਤਾਂ ਅਸੀਂ ਉਸਨੂੰ ਕੀ ਕਰਦੇ ਹਾਂ, ਇਨਫਲੇਸ਼ਨ। ਜਦੋਂ ਵਸਤੂਆਂ ਦੀ ਕੀਮਤ ਵੱਧ ਜਾਂਦੀ ਹੈ ਤਾਂ ਕੀਮਤ ਵਧਣ ਦੇ ਨਾਲ ਲੋਕਾਂ ਦੀ ਜਿਹੜੀ ਖਰੀਦ ਸ਼ਕਤੀ ਹੈ ਉਹ ਕੀ ਹੈ, ਘੱਟ। ਲੇਕਿਨ ਕੀਮਤ ਵਧਣ ਦੇ ਨਾਲ ਸਾਰੇ ਲੋਕਾਂ 'ਤੇ ਮਾੜਾ ਅਸਰ ਹੋਏਗਾ ਜਾਂ ਸਾਰੇ ਲੋਕਾਂ 'ਤੇ ਚੰਗਾ ਅਸਰ ਹੋਏਗਾ, ਐਸਾ ਨਹੀਂ ਹੈ। ਜਿਹੜੇ ਫਿਕਸਡ ਇਨਕਮ ਗਰੁੱਪ ਨੇ, ਸੈਲਰੀਡ ਗਰੁੱਪ ਨੇ, ਵੇਜ ਅਰਨਰਸ ਨੇ, ਉਹਨਾਂ 'ਤੇ ਮਾੜਾ ਅਸਰ ਹੁੰਦਾ, ਉਹਨਾਂ ਦੀ ਕਿਉਂਕਿ ਪਰਚੇਜ਼ਿੰਗ ਪਾਵਰ ਜਿਹੜੀ ਘੱਟ ਜਾਂਦੀ ਹੈ, ਇਨਕਮ ਉਹਨਾਂ ਦੀ ਸਥਿਰ ਹੁੰਦੀ ਹੈ।
ਉਹ ਪਹਿਲਾਂ ਨਾਲੋਂ ਸਥਿਰ ਆਮਦਨ ਨਾਲ ਘੱਟ ਵਸਤੂਆਂ ਜਿਹੜੀਆਂ ਨੇ ਖਰੀਦ ਸਕਦੇ ਨੇ, ਘੱਟ ਸੇਵਾਵਾਂ ਖਰੀਦ ਸਕਦੇ ਨੇ, ਘੱਟ ਫੈਸਿਲਿਟੀਜ਼ ਨੂੰ ਅਵੇਲ ਕਰ ਸਕਦੇ ਨੇ। ਲੇਕਿਨ ਜਿਹੜੇ ਪ੍ਰੋਡਿਊਸਰਸ ਨੇ, ਟ੍ਰੇਡਰਸ ਨੇ, ਇਹਨਾਂ ਨੂੰ ਇਨਫਲੇਸ਼ਨ ਦੇ ਦੌਰਾਨ ਆਮ ਤੌਰ 'ਤੇ ਫਾਇਦਾ ਹੁੰਦਾ। ਲੇਕਿਨ ਜੇ ਮੁਦਰਾਸਫੀਤ ਦਰ ਬਹੁਤ ਜ਼ਿਆਦਾ ਹੋਵੇ, ਜਿਸ ਨੂੰ ਅਸੀਂ ਹਾਈਪਰ ਇਨਫਲੇਸ਼ਨ ਕਹਿ ਦਿੰਦੇ, ਤਾਂ ਹਰੇਕ ਦੇ ਜਿਹੜੇ ਬਜਟ ਹੈ ਉਸਦੇ ਮਾੜਾ ਅਸਰ ਹੁੰਦਾ। ਤਾਂ ਜਿਹੜੀ ਅਨਇੰਪਲੋਇਮੈਂਟ ਹੈ, ਇਹ ਇੱਕ ਦੂਸਰੀ ਸਮਾਜਿਕ ਬੁਰਾਈ ਹੈ ਜਿਹੜੀ ਕਿ ਮੈਕਰੋ ਲੈਵਲ 'ਤੇ ਪਾਈ ਜਾਂਦੀ ਹੈ, ਮੈਕਰੋ ਲੈਵਲ 'ਤੇ ਮਤਲਬ ਸਮੂਹਿਕ ਲੈਵਲ 'ਤੇ, ਅਰਥ ਵਿਵਸਥਾ ਦੇ ਪੁਆਇੰਟ ਆਫ ਵਿਊ ਨਾਲ। ਅਨਇੰਪਲੋਇਮੈਂਟ ਦਾ ਮਤਲਬ ਹੈ ਜਦੋਂ ਇੱਕ ਵਿਅਕਤੀ ਵਰਤਮਾਨ ਮਜ਼ਦੂਰੀ ਦੀ ਦਰ 'ਤੇ ਜਦੋਂ ਉਸਨੂੰ ਕੰਮ ਨਾ ਮਿਲੇ, ਰੁਜ਼ਗਾਰ ਨਾ ਮਿਲੇ, ਤਾਂ ਉਸਨੂੰ ਅਸੀਂ ਕੀ ਕਹਿੰਦੇ ਹਾਂ? ਬੇਰੁਜ਼ਗਾਰ ਕਹਿੰਦੇ। ਤਾਂ ਇਹ ਜਿਹੜੀ ਅਨਇੰਪਲੋਇਮੈਂਟ ਕਿਸੇ ਵੀ ਕੰਟਰੀ ਦੇ ਲਈ ਇੱਕ ਅਵਿਸ਼ਾਪ ਦਾ ਕੰਮ ਕਰਦਾ। ਕਿਉਂ ਕੰਮ ਕਰਦਾ ਹੈ? ਕਿਉਂਕਿ ਇੱਕ ਤਾਂ ਉਹ ਜਿਹੜਾ ਵਿਅਕਤੀ ਅਨਇੰਪਲੋਇਡ ਹੈ ਜਾਂ ਜਿਹੜੇ ਵਿਅਕਤੀ ਅਨਇੰਪਲੋਇਡ ਨੇ, ਉਹਨਾਂ ਕੋਲ ਇਨਕਮ ਨਹੀਂ ਹੁੰਦੀ। ਜੇ ਇਨਕਮ ਨਹੀਂ ਹੋਏਗੀ, ਕੰਜਮਪਸ਼ਨ ਨਹੀਂ ਹੋਏਗੀ, ਡਿਮਾਂਡ ਨਹੀਂ ਹੋਏਗੀ, ਸੇਵਿੰਗਸ ਨਹੀਂ ਹੋਏਗੀ, ਪ੍ਰੋਡਕਸ਼ਨ ਨਹੀਂ ਹੋਏਗੀ, ਇਨਵੈਸਟਮੈਂਟ ਨਹੀਂ ਹੋਏਗੀ, ਕੰਟਰੀ ਦੇ ਵਿੱਚ ਜਿਹੜਾ ਗਰੋਥ ਹੈ ਉਹ ਕੀ ਹੈ ਘੱਟ ਜਾਏਗਾ, ਡਿਵੈਲਪਮੈਂਟ ਕੀ ਹੈ ਘੱਟ ਜਾਏਗੀ। ਦੂਸਰੇ ਪਾਸੇ ਜਿਹੜੇ ਹੈ ਅਨਇੰਪਲੋਇਡ ਪਰਸਨ ਜਿਹੜਾ ਹੈ ਕੰਮ ਕਰਨਾ ਚਾਹੁੰਦਾ ਹੈ, ਉਹ ਉਤਪਾਦਨ ਦੇ ਵਿੱਚ ਹਿੱਸਾ ਪਾਉਣਾ ਚਾਹੁੰਦਾ ਹੈ। ਲੇਕਿਨ ਉਸ ਵਿਅਕਤੀ ਨੂੰ ਕਿਉਂਕਿ ਕੰਮ ਨਹੀਂ ਮਿਲ ਰਿਹਾ, ਤਾਂ ਇਸਦੇ ਕਾਰਨ ਉਹ ਜਿਹੜੇ ਉਹਦੇ ਰਿਸੋਰਸਿਸ ਹੈ, ਜਿਹੜੀ ਉਹਦੀ ਸਕਿੱਲ ਹੈ, ਜਿਹੜੀ ਉਹਦੀ ਐਕਸਪਰਟੀਜ਼ ਹੈ, ਜਿਹੜੀ ਉਹਦੀ ਮਾਹਰਤ ਹੈ, ਉਸਨੂੰ ਉਤਪਾਦਨ ਦੇ ਕੰਮਾਂ ਵਿੱਚ ਅਸੀਂ ਯੂਜ ਨਹੀਂ ਕਰ ਰਹੇ। ਤਾਂ ਬੇਸਿਸ ਆਫ ਜਿਹੜੀ ਹਿਊਮਨ ਰਿਸੋਰਸਿਸ ਜਿਹੜੀ ਹੈ ਉਹ ਪਾਈ ਜਾਂਦੀ। ਆਮ ਤੌਰ 'ਤੇ ਇਹ ਦੇਖਣ ਦੇ ਵਿੱਚ ਆਇਆ ਹੈ ਕਿ ਇਨਫਲੇਸ਼ਨ ਅਤੇ ਅਨਇੰਪਲੋਇਮੈਂਟ, ਮਤਲਬ ਮੁਦਰਾਸਫੀਤੀ ਅਤੇ ਬੇਰੁਜ਼ਗਾਰੀ ਦੇ ਵਿੱਚ ਇੱਕ ਟ੍ਰੇਡ ਆਫ ਹੁੰਦਾ ਘੱਟ ਤੋਂ ਘੱਟ ਥੋੜ੍ਹੇ ਸਮੇਂ ਦੇ ਵਿੱਚ। ਜੇ ਗੌਰਮੈਂਟ ਅਨਇੰਪਲੋਇਮੈਂਟ ਦੀ ਦਰ ਨੂੰ ਘਟਾਉਣਾ ਚਾਹੁੰਦੀ ਹੈ, ਤਾਂ ਉਹਨਾਂ ਨੂੰ ਮਤਲਬ ਜੇ ਲੋਕਾਂ ਨੂੰ ਜ਼ਿਆਦਾ ਰੁਜ਼ਗਾਰ ਦੇਣਾ ਚਾਹੁੰਦੀ ਹੈ, ਤਾਂ ਉਹਨਾਂ ਨੂੰ ਕੁਛ ਜਿਹੜੀ ਹੈ ਮੁਦਰਾਸਫੀਤੀ 'ਤੇ ਕੰਪਰੋਮਾਈਜ਼ ਕਰਨਾ ਪਏਗਾ, ਮਤਲਬ ਕੀਮਤਾਂ ਵਿੱਚ ਜਿਹੜਾ ਵਾਧਾ ਹੋਏਗਾ। ਇਸੇ ਤਰ੍ਹਾਂ ਜੇ ਗੌਰਮੈਂਟ ਜਿਹੜੀ ਹੈ ਇਨਫਲੇਸ਼ਨ ਨੂੰ ਕੰਟਰੋਲ ਕਰਨਾ ਚਾਹੁੰਦੀ ਹੈ, ਵੱਧ ਰਹੀ ਕੀਮਤਾਂ ਨੂੰ ਕੰਟਰੋਲ ਕਰਨੀ ਚਾਹੁੰਦੀ ਹੈ, ਤਾਂ ਕੁਛ ਬੇਰੁਜ਼ਗਾਰੀ ਦੀ ਦਰ ਦੇ ਵਿੱਚ ਕੀ ਹੁੰਦਾ ਵਾਧਾ ਹੁੰਦਾ। ਇਸ ਤਰ੍ਹਾਂ ਸਮਝੌਤਾ ਕਰਨਾ ਪੈਂਦਾ ਕਿ ਕਿੰਨੀ ਕੁ ਇਨਫਲੇਸ਼ਨ ਅਤੇ ਕਿੰਨੀ ਕੁ ਅਨਇੰਪਲੋਇਮੈਂਟ ਜਿਹੜੀ ਹੈ ਕੰਟਰੀ ਦੇ ਵਿੱਚ ਅਸੀਂ ਬਰਦਾਸ਼ਤ ਕਰਨੀ। ਫਿਰ ਨੈਕਸਟ ਹੈ ਕੰਸੈਪਟ ਜਿਹੜਾ ਬਿਜ਼ਨਸ ਸਾਈਕਲ। ਬਿਜ਼ਨਸ ਸਾਈਕਲ ਦਾ ਮਤਲਬ ਹੁੰਦਾ ਹੈ ਕਿ ਕਿਸੇ ਦੇਸ਼ ਦੀ ਆਰਥਿਕ ਕਿਰਿਆ ਦੇ ਵਿੱਚ ਜਿਹੜਾ ਉਤਾਰ ਚੜਾਅ ਹੁੰਦਾ ਹੈ, ਉਸਨੂੰ ਅਸੀਂ ਕੀ ਕਹਿੰਦੇ ਹਾਂ? ਵਪਾਰਿਕ ਚੱਕਰ। ਤਾਂ ਇਸਦੇ ਵਿੱਚ ਜਿਹੜੀਆਂ ਵਿਕਲਪਿਕ ਕਈ ਫੇਜਿਸ ਨੇ, ਕਈ ਵਾਰੀ ਵਿਕਾਸ ਦੀ ਦਰ ਜ਼ਿਆਦਾ ਹੋ ਜਾਂਦੀ ਹੈ, ਕਈ ਵਾਰੀ ਘੱਟ ਹੋ ਜਾਂਦੀ ਹੈ। ਤਾਂ ਇਹ ਜਿਹੜੀਆਂ ਫੇਜਿਸ ਨੇ, ਇਹ ਜਿਹੜੇ ਚਰਨ ਨੇ ਵਪਾਰ ਦੇ, ਇਹਨਾਂ ਨੂੰ ਅਸੀਂ ਬਿਜ਼ਨਸ ਸਾਈਕਲਸ ਕਹਿੰਦੇ ਹਾਂ। ਤਾਂ ਵਪਾਰ ਦੇ ਚਾਰ ਫੇਜਿਸ ਨੇ, ਇੱਕ ਐਕਸਪੈਂਸ਼ਨ ਜਿਹਨੂੰ ਅਸੀਂ ਵਿਸਤਾਰ ਕਹਿੰਦੇ ਹਾਂ, ਇੱਕ ਰਿਸੈਸ਼ਨ ਹੈ ਜਿਸਨੂੰ ਅਸੀਂ ਸੁਸਤੀ ਕਹਿ ਦਿੰਦੇ ਹਾਂ, ਇੱਕ ਡਿਪਰੈਸ਼ਨ ਹੈ ਜਿਹਨੂੰ ਅਸੀਂ ਮੰਦੀ ਕਲ ਕਹਿ ਦਿੰਦੇ ਹਾਂ, ਜਿਸਨੂੰ ਅਸੀਂ ਇੱਕ ਰਿਕਵਰੀ ਹੈ
ਰਿਕਵਰੀ ਪੁਨਰ ਵਿਕਾਸ ਹੋ ਗਿਆ, ਮਤਲਬ ਕਿ ਐਕਸਪੈਂਸ਼ਨ, ਰਿਸੈਸ਼ਨ, ਡਿਪਰੈਸ਼ਨ ਅਤੇ ਰਿਕਵਰੀ। ਇਹਨਾਂ ਦੀ ਜਿਹੜੀ ਡਿਊਰੇਸ਼ਨ ਹੈ ਬਿਜ਼ਨਸ ਸਾਈਕਲ ਦੀ, ਵਪਾਰਿਕ ਚੱਕਰ ਦੀ, ਇਹ ਆਮ ਤੌਰ 'ਤੇ 2 ਸਾਲਾਂ ਤੋਂ ਲੈ ਕੇ 12 ਸਾਲ ਤੱਕ ਪਾਈ ਜਾਂਦੀ, ਮਤਲਬ ਕੋਈ ਵਪਾਰੀ ਚੱਕਰ ਘੱਟ ਵੀ ਹੋ ਸਕਦਾ, ਵੱਧ ਵੀ ਹੋ ਸਕਦਾ। ਤਾਂ ਜਦੋਂ ਡਿਪਰੈਸ਼ਨ ਜਾਂ ਕੰਟਰੈਕਸ਼ਨ ਹੁੰਦੀ ਹੈ ਕਈ ਇੰਡਸਟਰੀ ਦੇ ਵਿੱਚ ਜਾਂ ਕਈ ਅਰਥ ਵਿਵਸਥਾ ਦੇ ਸੈਕਟਰ ਦੇ ਵਿੱਚ, ਤਾਂ ਇਹ ਜਿਹੜਾ ਰਿਸੈਸ਼ਨ ਹੈ ਜਾਂ ਜਿਹੜਾ ਡਿਪਰੈਸ਼ਨ ਹੈ ਇੱਕ ਇੰਡਸਟਰੀ ਤੋਂ ਦੂਸਰੀ ਇੰਡਸਟਰੀ ਤੱਕ ਫੈਲਦਾ। ਇਹਦੀ ਜਿਹੜੀ ਚੇਨ ਹੈ, ਚੇਨ ਰਿਐਕਸ਼ਨ ਜਿਹੜੀ ਹੈ ਕੰਟੀਨਿਊ ਹੁੰਦੀ ਹੈ ਜਦੋਂ ਤੱਕ ਪੂਰੀ ਅਰਥ ਵਿਵਸਥਾ ਦੇ ਵਿੱਚ ਰਿਸੈਸ਼ਨ ਜਿਹੜਾ ਨਹੀਂ ਆ ਜਾਂਦਾ। ਇਸੇ ਤਰ੍ਹਾਂ ਜਦੋਂ ਪ੍ਰੋਸਪੈਰਿਟੀ ਹੁੰਦੀ ਹੈ, ਖੁਸ਼ਹਾਲੀ ਹੁੰਦੀ ਹੈ, ਤਾਂ ਇਹ ਵੀ ਜਿਹੜੇ ਲਿੰਕੇਜ ਦੇ ਰਾਹੀਂ, ਇਨਪੁੱਟ ਅਤੇ ਆਊਟਪੁੱਟ ਦੇ ਲਿੰਕੇਜ ਦੇ ਰਾਹੀਂ, ਜਾਂ ਇੱਕ ਇੰਡਸਟਰੀ ਦੀ ਜਿਹੜੀ ਡਿਮਾਂਡ ਹੈ ਦੂਸਰੇ ਇੰਡਸਟਰੀ 'ਤੇ ਜਿਹੜੀ ਹੈ ਪਹੁੰਚ ਜਾਂਦੀ ਹੈ ਅਤੇ ਪੂਰੇ ਇਕੋਨਮੀ ਦੇ ਵਿੱਚ ਜਿਹੜਾ ਹੈ ਇਸਦਾ ਅਸਰ। ਤਾਂ ਇਹ ਜਿਹੜੇ ਬਿਜ਼ਨਸ ਸਾਈਕਲਸ ਨੇ ਇਸਨੂੰ ਅਸੀਂ ਡਿਸਟਿੰਗੁਇਸ਼ ਕਰ ਸਕਦੇ ਹਾਂ ਫਲਕਚੁਏਸ਼ਨ ਦੇ ਆਧਾਰ 'ਤੇ ਕਿ ਕਿਹੜਾ ਲਾਰਜਰ ਹੈ, ਕਿਹੜਾ ਲੌਂਗਰ ਹੈ, ਕਿਹੜਾ ਵਾਈਡਲੀ ਡਿਫਿਊਜ਼ ਹੈ। ਕਈ ਬਿਜ਼ਨਸ ਸਾਈਕਲ ਦੇ ਵਿੱਚ ਅਸੀਂ ਓਬਜ਼ਰਵ ਕਰਦੇ ਹਾਂ, ਦੇਖਣ ਦੇ ਵਿੱਚ ਆਇਆ ਕਿ ਕਈ ਇੰਟਰਲੇਟਿਡ ਵੇਰੀਏਬਲ ਜਿਹੜੇ ਨੇ ਉਹ ਇਕੱਠੇ ਮੂਵ ਕਰਦੇ ਹਨ, ਤਾਂ ਫਲਕਚੁਏਸ਼ਨ ਜਿਹੜੀ ਹੈ ਜਿਸ ਤਰ੍ਹਾਂ ਆਊਟਪੁੱਟ ਦੇ ਵਿੱਚ, ਇੰਪਲਾਇਮੈਂਟ ਦੇ ਵਿੱਚ, ਇਨਵੈਸਟਮੈਂਟ ਦੇ ਵਿੱਚ, ਕੰਜਮਪਸ਼ਨ ਦੇ ਵਿੱਚ, ਰੇਟ ਆਫ ਇੰਟਰਸਟ ਦੇ ਵਿੱਚ, ਪ੍ਰਾਈਸ ਲੈਵਲ ਦੇ ਵਿੱਚ ਇਕੱਠੇ ਮੂਵ ਕਰਦੇ ਹਨ। ਇਸ ਤਰ੍ਹਾਂ ਹੀ ਜਿਹੜਾ ਇੰਪੈਕਟ ਹੈ ਰਿਸੈਸ਼ਨ ਦਾ ਜਾਂ ਐਕਸਪੈਂਸ਼ਨ ਦਾ, ਵਸਤੂਆਂ ਦੇ ਜਿਹੜੇ ਭੰਡਾਰ ਨੇ, ਇਨਵੈਂਟਰੀਜ਼ ਹੈ, ਉਹਨਾਂ 'ਤੇ ਪੈਂਦਾ। ਜਦੋਂ ਰਿਸੈਸ਼ਨ ਹੁੰਦੀ ਹੈ ਤਾਂ ਡਿਮਾਂਡ ਜਿਹੜੀ ਹੈ ਘੱਟ ਜਾਂਦੀ ਹੈ ਅਤੇ ਵਸਤੂਆਂ ਦਾ ਜਿਹੜਾ ਭੰਡਾਰ ਹੈ ਉਹ ਜ਼ਿਆਦਾ ਹੋ ਜਾਂਦਾ ਅਤੇ ਪ੍ਰੋਡਿਊਸਰ ਜਿਹੜਿਆਂ ਕੋਲ ਅਨਵਾਂਟਿਡ, ਅਨਡਿਜ਼ਾਇਰਡ ਜਿਹੜੀ ਐਕਮੋਲੇਸ਼ਨ ਹੋ ਜਾਂਦੀ ਹੈ। ਅਤੇ ਜਦੋਂ ਰਿਕਵਰੀ ਸਟਾਰਟ ਹੁੰਦੀ ਹੈ ਤਾਂ ਉਸ ਦੌਰਾਨ ਜਿਹੜੀ ਹੈ ਕੁੱਲ ਮੰਗ ਵਿੱਚ ਵਾਧਾ ਹੋ ਜਾਂਦਾ ਅਤੇ ਜਿਹੜੀ ਇਨਵੈਂਟਰੀਜ਼ ਨੇ, ਜਿਹੜਾ ਸਟੋਕ ਹੈ ਵਸਤੂਆਂ ਦਾ, ਉਹ ਜਿਹੜਾ ਹੈ ਉਹ ਘਟਣਾ ਸ਼ੁਰੂ ਹੋ ਜਾਂਦਾ ਅਤੇ ਫਿਰ ਉਸ ਹਾਲਤ ਦੇ ਵਿੱਚ ਡਿਮਾਂਡ ਵੱਧਦੀ ਹੈ। ਤਾਂ ਡਿਮਾਂਡ ਵਧਣ ਦੇ ਨਾਲ ਜਿਹੜੇ ਪ੍ਰੋਡਿਊਸਰਸ ਨੇ ਹੋਰ ਪ੍ਰੋਡਕਸ਼ਨ ਸਟੋਕ ਉਹਨਾਂ ਕੋਲ ਖਤਮ ਹੋ ਜਾਂਦਾ, ਹੋਰ ਵਸਤੂਆਂ ਦਾ ਉਤਪਾਦਨ ਕਰਦੇ ਨੇ ਜਿਸ ਦੇ ਨਾਲ ਉਹ ਇਨਵੈਸਟਮੈਂਟ ਕਰਦੇ ਆ ਅਤੇ ਪ੍ਰੋਡਕਸ਼ਨ ਹੋਣ ਦੇ ਅੰਦਰ ਲਈ ਇੰਪਲਾਇਮੈਂਟ ਜਿਹੜੀ ਹੈ ਬਣ ਜਾਂਦੀ ਹੈ, ਲੋਕਾਂ ਦੀ ਇਨਕਮ ਬਣ ਜਾਂਦੀ ਹੈ, ਡਿਮਾਂਡ ਵੱਧ ਜਾਂਦੀ ਹੈ ਅਤੇ ਇਕੋਨਮੀ ਦੇ ਵਿੱਚ ਜਿਹੜੀ ਹੈ ਖੁਸ਼ਹਾਲੀ ਜਿਹੜੀ ਹੈ ਉਹ ਸ਼ੁਰੂ ਹੋ ਜਾਂਦੀ। ਤਾਂ ਇਸੇ ਤਰ੍ਹਾਂ ਜਦੋਂ ਫਾਈਨੈਂਸ਼ੀਅਲ ਮਾਰਕੀਟ ਦੇ ਵਿੱਚ ਕੋਈ ਡਾਊਨ ਸਲਾਈਡ ਮੂਵਮੈਂਟ ਆਉਂਦੀ ਹੈ ਤਾਂ ਉਹ ਇੱਕ ਕੰਟਰੀ ਤੋਂ ਇੱਕ ਸੈਕਟਰ ਤੋਂ ਦੂਸਰੇ ਸੈਕਟਰ ਦੇ ਵਿੱਚ, ਇੱਕ ਕੰਟਰੀ ਤੋਂ ਦੂਸਰੇ ਸੈਕਟਰ ਦੇ ਵਿੱਚ ਜਿਹੜਾ ਮੂਵ ਕਰਨਾ ਸ਼ੁਰੂ ਕਰ ਦਿੰਦੀ। ਤਾਂ ਉਦਾਹਰਣ ਦੇ ਤੌਰ 'ਤੇ ਜੇ ਮੰਨ ਲਓ ਰਿਸੈਸ਼ਨ ਜਿਹੜਾ ਯੂਨਾਈਟਿਡ ਸਟੇਟਸ 'ਚ ਆ ਗਿਆ ਤਾਂ ਉਹ ਜਿਹੜਾ ਹੈ ਪੂਰੇ ਵਰਲਡ ਲੈਵਲ 'ਤੇ ਆ ਸਕਦਾ ਹੈ, ਕਿਉਂਕਿ ਜਦੋਂ ਰਿਸੈਸ਼ਨ ਉੱਥੇ ਆ ਗਿਆ ਤਾਂ ਇਸਦਾ ਮਤਲਬ ਕੀ ਹੋਇਆ ਕਿ ਜਿਹੜੇ ਮੇਜਰ ਐਕਸਪੋਰਟਰਸ ਨੇ USA ਦੇ, ਉਹਨਾਂ ਦੇ ਵਿੱਚ ਵੀ ਡਿਕਲਾਈਨ ਆਏਗਾ ਅਤੇ ਕੰਟਰੀ ਦੇ ਵਿੱਚ ਰਿਸੈਸ਼ਨ ਜਿਹੜਾ ਹੈ, ਮਤਲਬ ਪੂਰੇ ਵਰਲਡ ਲੈਵਲ 'ਤੇ ਜਿਹੜਾ ਰਿਸੈਸ਼ਨ ਦੇ ਵਿੱਚ ਰਿਸੈਸ਼ਨ ਜਿਹੜਾ ਹੈ ਉਹ ਆ ਸਕਦਾ। ਜਿਸ ਤਰ੍ਹਾਂ 1929-34 ਜਦੋਂ ਗ੍ਰੇਟ ਡਿਪਰੈਸ਼ਨ ਆਇਆ ਸੀ,
ਉਸਦਾ ਜਿਹੜਾ ਵਿਪਰੀਤ ਜਿਹੜਾ ਪ੍ਰਭਾਵ ਹੈ ਉਹ ਸਾਨੂੰ ਪਤਾ ਲੱਗਦਾ ਕਿ ਜਦੋਂ ਵਰਲਡ ਲੈਵਲ ਦੇ ਉੱਤੇ ਵਿਸ਼ਾਲ ਲੈਵਲ ਦੇ ਉੱਤੇ ਅਨਇੰਪਲਾਇਮੈਂਟ ਜਿਹੜੀ ਹੈ ਪਾਵਰਟੀ ਹੈ ਬੜੇ ਵੱਡੇ ਪੱਧਰ 'ਤੇ ਜਿਹੜੀ ਹੈ ਲੋਕਾਂ ਦੇ ਵਿਚਕਾਰ ਜਿਹੜੀ ਹੈ ਮਿਜ਼ਰੀ ਪਾਈ ਜਾਂਦੀ ਸੀ ਤਾਂ ਇਸ ਤਰ੍ਹਾਂ ਹੀ ਰੀਸੈਂਟ ਈਅਰ ਦੇ ਵਿੱਚ 2007 ਤੋਂ ਲੈ ਕੇ 2009 ਜਿਸ ਨੂੰ ਅਸੀਂ ਗ੍ਰੇਟ ਰਿਸੈਸ਼ਨ ਦੇ ਨਾਮ 'ਤੇ ਜਾਂਦੇ ਹਾਂ ਤਾਂ ਕਾਫੀ ਕੰਟਰੀ ਦੇ ਵਿੱਚ ਇਹ ਜਿਹੜੀ ਰਿਸੈਸ਼ਨ ਦੀ ਜਿਹੜੀ ਫੇਸ ਹੈ ਤਾਂ ਲੇਕਿਨ ਇਸਦੇ ਜਿਹੜੇ ਐਡਵਰਸ ਇੰਪੈਕਟ ਨੇ ਬੁਰੇ ਪ੍ਰਭਾਵ ਨੇ ਉਹਨਾਂ ਤੋਂ ਕੰਟਰੀ ਜਿਹੜੇ ਨੇ ਵਾਪਸ ਆ ਗਏ ਨੇ ਮੁਕਤ ਹੋ ਗਏ ਨੇ ਕਾਫੀ ਹੱਦ ਤੱਕ ਲੇਕਿਨ ਉਹਨਾਂ ਦੀ ਜਿਹੜੀ ਮੈਮਰੀਜ ਨੇ ਇਸ ਗ੍ਰੇਟ ਰਿਸੈਸ਼ਨ ਦੀ 2007 ਤੋਂ ਲੈ ਕੇ 2009 ਲੋਕਾਂ ਦੇ ਮਨ ਦੇ ਵਿੱਚ ਹੁਣੇ ਵੀ ਜਿਹੜੀ ਹੈ ਫਰੈਸ਼ ਤਾਂ ਅਸੀਂ ਅੱਜ ਇੰਨਾ ਹੀ ਕਰਨਾ ਸੀ ਇਹ ਜਿਹੜੇ ਕੰਸੈਪਟਸ ਹੈ ਇਹ ਜਿਹੜੇ ਇਸ਼ੂਸ ਹੈ ਤਾਂ ਹੁਣ ਪੰਜ ਚਾਰ ਮਿੰਟ ਅਸੀਂ ਇਹਨੂੰ ਰਿਵਾਈਜ਼ ਕਰ ਦੇਣਾ ਅਸੀਂ ਪਹਿਲਾਂ ਤਾਂ ਮਾਈਕਰੋਇਕਨੋਮਿਕਸ ਅਤੇ ਮੈਕਰੋਇਕਨੋਮਿਕਸ 'ਚ ਕੀ ਅੰਤਰ ਹੁੰਦਾ ਸਾਨੂੰ ਮੈਕਰੋਇਕਨੋਮਿਕਸ ਕਿਉਂ ਸ਼ੁਰੂ ਕਰਨੀ ਪਈ ਅਲੱਗ ਤੋਂ ਇਕਨੋਮਿਕਸ ਦਾ ਇੱਕ ਰੈਗੂਲਰ ਫਿਸ਼ 1933 ਦੇ ਵਿੱਚ ਅਸੀਂ ਦੱਸਿਆ ਕਿ ਉਹਨਾਂ ਨੇ ਮੈਕਰੋਇਕਨੋਮਿਕਸ ਦਾ ਕੰਸੈਪਟ ਲਿਆਂਦਾ ਇਸ ਦੇ ਵਿੱਚ ਅਸੀਂ ਜਿਹੜਾ ਸਮੂਹਿਕ ਪੱਧਰ 'ਤੇ ਅਰਥ ਵਿਵਸਥਾ ਦੇ ਦ੍ਰਿਸ਼ਟੀਕੋਣ ਤੋਂ ਜਿਹੜੀਆਂ ਪ੍ਰੋਬਲਮਸ ਨੇ ਜਿਹੜੇ ਇਸ਼ੂਸ ਨੇ ਜਿਹੜੇ ਕੰਸੈਪਟਸ ਨੇ ਉਹਨਾਂ ਨੂੰ ਡਿਸਕਸ ਕਰਦੇ ਹਾਂ ਜਿਹੜੇ ਕਿ ਮਾਈਕਰੋ ਇਕਨੋਮਿਕਸ ਦੇ ਕੰਸੈਪਟ ਦੇ ਨਾਲ ਕੀ ਨੇ ਅਲੱਗ ਅਸੀਂ ਸੇਵਿੰਗਸ ਦੀ ਐਗਜ਼ਾਮਪਲ ਦੇ ਰਾਹੀਂ ਕਿ ਸੇਵਿੰਗ ਜਿਹੜਾ ਇੱਕ ਇੰਡੀਵਿਜੁਅਲ ਦੇ ਲਈ ਇੱਕ ਵਰਚੂ ਹੈ ਲੇਕਿਨ ਜਦੋਂ ਅਸੀਂ ਮੈਕਰੋ ਲੈਵਲ 'ਤੇ ਸੇਵਿੰਗ ਕਰਦੇ ਹਾਂ ਤਾਂ ਇਹ ਇੱਕ ਵਾਈਸ ਦੈਟ ਇਜ਼ ਅਵਿਸ਼ਾਰ ਤਾਂ ਇਸ ਤਰ੍ਹਾਂ ਹੀ ਅਸੀਂ ਟ੍ਰੀਜ਼ ਅਤੇ ਫੋਰੈਸਟ ਦੀ ਐਗਜ਼ਾਮਪਲ ਦੇ ਨਾਲ ਅਸੀਂ ਮਾਈਕਰੋ ਅਤੇ ਮੈਕਰੋ ਨੂੰ ਸਟੱਡੀ ਕਰਨ ਦੀ ਕੋਸ਼ਿਸ਼ ਕੀਤੀ ਡਿਫਰੈਂਸ਼ੀਏਟ ਕਰਨ ਦੀ ਕੋਸ਼ਿਸ਼ ਕੀਤੀ ਕਿ ਟ੍ਰੀਜ਼ ਜਿਹੜੇ ਨੇ ਉਹ ਮਾਈਕਰੋ ਕਨਸੈਪਟ ਹੈ ਅਤੇ ਫੋਰੈਸਟ ਜਿਹੜਾ ਹੈ ਉਹ ਮੈਕਰੋ ਕਨਸੈਪਟ ਫੋਰੈਸਟ ਦੇ ਵਿੱਚ ਅਸੀਂ ਏਰੀਆ ਉਹਦੀ ਜਿਹੜੀ ਡੈਂਸਿਟੀ ਹੈ ਉਸਦੀ ਅਸੀਂ ਗੱਲ ਕਰਾਂਗੇ ਲੇਕਿਨ ਟ੍ਰੀਜ਼ ਦੇ ਵਿੱਚ ਡਿਫਰੈਂਟ ਸਪੀਸੀ ਦੀ ਗੱਲ ਕਰਾਂਗੇ ਹਰੇਕ ਦੀ ਜਿਹੜੀ ਏਜ ਹੈ ਉਹਦੀ ਜਿਹੜੀ ਨੇਚਰ ਹੈ ਉਹ ਕੀ ਹੈ ਅਲੱਗ ਫਿਰ ਉਸ ਤੋਂ ਬਾਅਦ ਅਸੀਂ ਕੁਝ ਕਨਸੈਪਟ ਜਿਹੜੇ ਨੇ ਜਿਸ ਤਰ੍ਹਾਂ ਸਟੋਕਸ ਐਂਡ ਫਲੋਸ ਦੀ ਗੱਲ ਕੀਤੀ ਕਿ ਸਟੋਕ ਨੂੰ ਅਸੀਂ ਨਿਸ਼ਚਿਤ ਸਮੇਂ 'ਤੇ ਜੋ ਵਸਤੂਆਂ ਦਾ ਭੰਡਾਰ ਹੈ ਉਸਦੀ ਅਸੀਂ ਸਟੋਕ ਕਹਿੰਦੇ ਹਾਂ ਫਲੋ ਇੱਕ ਓਵਰ ਏ ਪੀਰੀਅਡ ਆਫ ਟਾਈਮ ਅਸੀਂ ਉਸਨੂੰ ਡਿਸਕਸ ਕਰਦੇ ਹਾਂ ਜਿਸ ਤਰ੍ਹਾਂ ਮਨੀ ਦੀ ਸਪਲਾਈ ਇੱਕ ਸਟੋਕ ਹੈ ਲੇਕਿਨ ਜਿਹੜਾ ਜੀ ਡੀ ਪੀ ਹੈ ਉਹ ਇੱਕ ਫਲੋ ਤਾਂ ਜੇ ਅਸੀਂ ਫਲੋ ਨੂੰ ਇੱਕ ਇੰਟੈਗਰੇਟਿਡ ਰੂਪ ਲੈ ਲਈਏ ਤਾਂ ਦੈਟ ਬਿਕਮਸ ਆ ਸ਼ੋਰਟ ਸਟੋਕ ਇਸੇ ਤਰ੍ਹਾਂ ਅਸੀਂ ਸ਼ੋਰਟ ਰਨ ਅਤੇ ਲੌਂਗ ਰਨ ਕਨਸੈਪਟ ਦੀ ਡਿਸਕਸ਼ਨ ਕੀਤੀ ਜਿਹੜਾ ਕਿ ਮਾਈਕਰੋ ਅਤੇ ਮੈਕਰੋ ਦੇ ਵਿਚਕਾਰ ਡਿਫਰੈਂਟ ਮਾਈਕਰੋ ਇਕਨੋਮਿਕਸ ਦੇ ਵਿੱਚ ਅਸੀਂ ਕੁਝ ਫੈਕਟਰਸ ਨੂੰ ਅਸੀਂ ਕੋਨਸਟੈਂਟ ਬਣਾਉਂਦੇ ਹਾਂ ਕੁਝ ਫੈਕਟਰ ਜਿਹੜੇ ਨੇ ਵੇਰੀਏਬਲ ਹੁੰਦੇ ਹਨ ਲੇਕਿਨ ਲੌਂਗ ਰਨ ਦੇ ਵਿੱਚ ਆਲ ਫੈਕਟਰਸ ਆਫ ਪ੍ਰੋਡਕਸ਼ਨ ਆਰ ਵੇਰੀਏਬਲ ਇਨ ਦਾ ਮਾਈਕਰੋ ਇਕਨੋਮਿਕਸ ਲੇਕਿਨ ਮੈਕਰੋ ਇਕਨੋਮਿਕਸ ਦੇ ਵਿੱਚ ਅਸੀਂ ਜਿਹੜਾ ਕਲਾਸੀਕਲ ਇਕੋਨੋਮਿਸਟ ਹੈ ਜਿਹੜੇ ਨੇ ਕੁਛ ਗੱਲਾਂ ਜਿਹੜੀਆਂ ਨੇ ਉਹਨਾਂ ਨੂੰ ਜਿਹੜਾ ਨਾ ਉਹ ਮੰਨ ਕੇ ਚੱਲਦੇ ਨੇ ਕਿ ਥੋੜ੍ਹਾ ਟਾਈਮ ਲੱਗਦਾ
ਦੈਟ ਕਈ ਪੋਲਿਸੀ ਮੇਕਰਸ ਸ਼ੋਰਟ ਟਰਮ ਦੇ ਵਿੱਚ ਲੋਕਲ ਇੰਪੋਰਟੈਂਸ ਦਿੰਦੇ ਨੇ, ਲੇਕਿਨ ਜਿਸ ਤਰ੍ਹਾਂ ਗਰੋਥ ਰੇਟ ਹੈ, ਅਨਇੰਪਲੋਇਮੈਂਟ ਨੂੰ ਦੂਰ ਕਰਨਾ, ਇਨਫਲੇਸ਼ਨ ਨੂੰ ਕੰਟਰੋਲ ਕਰਨਾ, ਪਾਵਰਟੀ ਨੂੰ ਦੂਰ ਕਰਨਾ ਜਾਂ ਇਨਕੁਆਲਿਟੀਸ ਨੂੰ ਰਿਡਿਊਸ ਕਰਨਾ, ਤਾਂ ਇਟ ਇਜ਼ ਅ ਲੋਂਗ ਰਨ ਕੰਸੈਪਟ, ਨੋਟ ਦਾ ਸ਼ੋਰਟ ਰਨ ਕੰਸੈਪਟ। ਇਸ ਤਰ੍ਹਾਂ ਹੀ ਅਸੀਂ ਫਿਰ ਇਕਨੋਮਿਕ ਮਾਡਲ ਦੀ ਗੱਲ ਕੀਤੀ, ਜਿਹੜਾ ਕਿ ਇੱਕ ਸਿੰਪਲੀਫਾਈਡ ਵਰਸ਼ਨ ਹੈ ਰਿਐਲਿਟੀਸ ਨੂੰ ਪੇਸ਼ ਕਰਨ ਦਾ, ਜਿਸ ਨੂੰ ਅਸੀਂ ਡਾਇਗਰਾਮਸ ਅਤੇ ਮੈਥਮੈਟੀਕਲ ਮਾਡਲਸ ਰਾਹੀਂ ਪੇਸ਼ ਕਰ ਸਕਦੇ। ਇਸ ਤਰ੍ਹਾਂ ਹੀ ਗਰੋਥ ਰੇਟ, ਗਰੋਥ ਰੇਟ ਕੀ ਹੈ ਕਿ ਜਦੋਂ ਅਸੀਂ ਕਰੰਟ ਈਅਰ ਦੇ ਵਿੱਚੋਂ ਪ੍ਰੀਵੀਅਸ ਈਅਰ ਦੇ ਜੋ ਵੈਲਿਊਸ ਨੇ ਉਹਨਾਂ ਨੂੰ ਮਾਈਨਸ ਕਰਕੇ ਪ੍ਰੀਵੀਅਸ ਈਅਰ ਦੇ ਨਾਲ ਡਿਵਾਈਡ ਕਰਦੇ ਤਾਂ ਦੈਟ ਬਿਕਮਸ ਦਾ ਗਰੋਥ ਰੇਟ। ਤਾਂ ਗਰੋਥ ਰੇਟ ਤੋਂ ਬਾਅਦ ਅਸੀਂ ਪ੍ਰੋਡਕਸ਼ਨ ਪੋਸੀਬਿਲਿਟੀ ਕਰਵ ਦੀ ਗੱਲ ਕੀਤੀ, ਤਾਂ ਪ੍ਰੋਡਕਸ਼ਨ ਪੋਸੀਬਿਲਿਟੀ ਕਰਵ ਦੇ ਵਿੱਚ ਅਸੀਂ ਡਿਸਕਸ ਕੀਤਾ ਕਿ ਜੋ ਵੀ ਰਿਸੋਰਸਿਸ ਸਾਨੂੰ ਦਿੱਤੇ ਹਨ ਉਹਨਾਂ ਰਿਸੋਰਸ ਨੂੰ ਯੂਜ ਕਰਕੇ ਜੋ ਮੈਕਸੀਮਮ ਅਸੀਂ ਪ੍ਰੋਡਿਊਸ ਕਰਦੇ ਹਾਂ ਕਰ ਸਕਦੇ ਹਾਂ, ਤਾਂ ਜਿਹੜੀ ਇਹਨਾਂ ਡਿਫਰੈਂਟ ਕੰਬੀਨੇਸ਼ਨ ਨੂੰ ਸ਼ੋਅ ਕਰਦੀ ਉਸ ਨੂੰ ਅਸੀਂ ਪ੍ਰੋਡਕਸ਼ਨ ਪੋਸੀਬਿਲਿਟੀ ਕਰ ਕਹਿ ਲਵਾਂਗੇ। ਫਿਰ ਅਸੀਂ ਇੰਪੋਰਟੈਂਸ ਆਫ ਇਕਨੋਮਿਕ ਗਰੋਥ ਦੀ ਗੱਲ ਕੀਤੀ, ਇਨਫਲੇਸ਼ਨ ਅਤੇ ਅਨਇੰਪਲੋਇਮੈਂਟ ਦੋ ਇਕਨੋਮਿਕ ਪ੍ਰੋਬਲਮਸ ਨੇ ਅਤੇ ਦੇਰ ਇਜ਼ ਅ ਟ੍ਰੇਡ ਆਫ ਬਿਟਵੀਨ ਇਨਫਲੇਸ਼ਨ ਐਂਡ ਅਨਇੰਪਲੋਇਮੈਂਟ। ਅਤੇ ਫਿਰ ਲਾਸਟ ਦੇ ਵਿੱਚ ਅਸੀਂ ਬਿਜ਼ਨਸ ਸਾਈਕਲ ਦੀ ਗੱਲ ਕੀਤੀ, ਜਿਹਦੀ ਡਿਊਰੇਸ਼ਨ ਆਮ ਤੌਰ 'ਤੇ 2 ਸਾਲ ਤੋਂ ਲੈ ਕੇ 12 ਸਾਲ ਤੱਕ ਪਾਈ। ਥੈਂਕ ਯੂ।